ਦਰਦ ਮੁੱਕ ਚੁੱਕਿਆ ਕਿਸੇ ਨੂੰ ਬੰਦਾ ਸਮਝ ਨਹੀਂ ਹਟ ਗਿਆ ਸੀ ਉਹਦੇ ਵਿੱਚੋਂ ਕੱਡੇ ਵਾਂ ਪੋਸਟਰ ਨਹਿਰ ਚ ਤਾਰ ਕੇ ਆ ਮੇਰਾ ਦਿਲ ਰੋਇਆ ਬਹੁਤ ਗਾਣੇ ਤੇ ਗਾਣੇ ਤੇ ਆਪਦੇ ਆਪ ਤੇ ਜੇ ਸੁਣਨ ਵਾਲਿਆਂ ਤੇ ਵੀ ਮਹਿਜ ਕੀ ਗਾਤਾ ਯਾਰ ਤੇਰੀ ਬਾਣੀ ਪੜ ਕੇ ਸਤਿਗੁਰ ਤੇਰੀ ਬਾਣੀ ਪੜ ਕੇ ਸਤਿਗੁਰ ਪਬ ਸાગਰ ਨਾ ਡੋਲਾ ਮੈਂ ਨਾਨਕ ਦਾ ਮਰਦਾਨਾ ਹਾਂ ਨਾਨਕ ਨਾਨਕ ਬੋਲਾ ਆ ਚੀਜ਼ ਸੀ ਕੀ ਮਾੜਾ ਇਹਦੇ ਵਿੱਚ ਕਿੰਨੇ ਕੁ ਲੋਕ ਨੇ ਸੁਣੇ 1400 ਵਿਊ ਮੈਂ ਗੀਤਾ ਕੁਰਾਨ ਗੁਰੂ ਗ੍ਰੰਥ ਸਾਹਿਬ ਬਾਈਬਲ ਕਦੇ ਵੀ ਆਪਸ ਚ ਲੜਦੇ ਨਹੀਂ ਦੇਖੇ ਬਿਲਕੁਲ ਜਿਹੜੇ ਇਹਨਾਂ ਪਿੱਛੇ ਲੜਦੇ ਫਿਰਦੇ ਆ ਉਹ ਕਦੇ ਪੜਦੇ ਨਹੀਂ ਦੇਖੇ ਹਾਂਜੀ ਪੰਪ ਬੜੀ ਕੁੱਤੀ ਜੀ ਆ ਬੰਦੇ ਨੂੰ ਮਰਵਾ ਦਿੰਦਾ ਜੀ ਪੰਪ ਦੇਣ ਵਾਲਿਆਂ ਨੂੰ ਸੂਰਮਾ ਅਕਲ ਦੇਣ ਵਾਲਿਆਂ ਨੂੰ ਗਦਾਰ ਕਹਿੰਦੇ ਹੁਣ ਉਹ ਸਮਾਂ ਚੱਲ ਰਿਹਾ ਗੁਰੂ ਘਰੇ ਕਦੇ ਵੀ ਜਾ ਕੇ ਸਾਹਿਬ ਨਹੀਂ ਕਹਾਈ ਤਾਂ ਨੌਕਰ ਸੇਵਾਦਾਰ ਬਸ ਉਹੀ ਵਧੀਆ ਔਰ ਅਕਸਰ ਇਹ ਤਾਂ ਪੱਖਿਆਂ ਦੇ ਨਾਂ ਲਿਖੇ ਦੇਖੇ ਨੇ ਫਿਰ ਹੁਣ ਉਹ ਦੱਸਦੇ ਨੇ ਵੀ ਆ ਜਿਹੜਾ ਪੱਖਾ ਲੱਗਿਆ ਜਾਂ ਏਸੀ ਲੱਗਿਆ ਜਾਂ ਵਾਟਰ ਕੂਲਰ ਚੋਂ ਪਾਣੀ ਪੀ ਰਹੇ ਆ ਇਹ ਸਾਡਾ ਦਾਦਾ ਸੀ ਉਹਦੀ ਯਾਦ ਚਲਵਾਇਆ ਉੱਥੇ ਦਿੰਦੇ ਨੇ ਜਿੱਥੇ ਸਾਰੇ ਮੰਗਦੇ ਨੇ ਅਕਸਰ ਤੁਹਾਨੂੰ ਨਾ ਮੈਂ ਗੁਰਦਾਰ ਸਾਹਿਬ ਦੇ ਵਿੱਚ ਵੀ ਦੇਖਿਆ ਤੁਸੀਂ ਮਾਸੇ ਦੇ ਵਿੱਚ ਵੀ ਬੈਠੇ ਹੋ ਮੰਦਿਰ ਦੇ ਵਿੱਚ ਵੀ ਦੇਖਿਆ ਜੀ ਤੇ ਨਾਮ ਰਫੀ ਮੁਹੰਮਦ ਹੈ ਨਾ ਕਦੇ ਕੋਈ ਆ ਕੇ ਕਹਿੰਦਾ ਤਾਂ ਨਹੀਂ ਬਈ ਇੱਥੇ ਕੀ ਕਰ ਬਾਹਰ ਚੱਲ ਇੱਥੋਂ ਕਿਸ ਨੂੰ ਖੁਸ਼ੀ ਦੇਣੀ ਉਡੀ ਖੁਸ਼ੀ ਨੂੰ ਵਧਾਉਣਾ ਹੈ ਪਰਫਲਤ ਕਰਨਾ ਜੀ ਕਿਸੇ ਦੀ ਖੁਸ਼ੀ ਜਾ ਕੇ ਬੇਗਾਨਾ ਪਾਈਏ ਜੀ ਫਿਰ ਉਹ ਲੋਕ ਖੁਸ਼ੀਆਂ ਨੂੰ ਤਰਸਦੇ ਰਹਿੰਦੇ ਨੇ ਜਿਹੜੇ ਦੂਜਿਆਂ ਦੀ ਖੁਸ਼ੀ ਖਰਾਬ ਕਰਦੇ ਨੇ ਅੰਬਰ ਦਾ ਬੂਹਾ ਖੋਲ ਕੇ ਵੇਖਾਂਗਾ ਜੀ ਅੰਬਰ ਦਾ ਬੂਹਾ ਖੋਲ ਕੇ ਵੇਖਾਂਗਾ ਮੈਂ ਰੱਬ ਨਾਲ ਵੀ ਪੰਜਾਬੀ ਬੋਲ ਕੇ ਵੇਖਾਂਗਾ ਸਾਸ਼ੀਕਲ ਦੋਸਤੋ ਲਾ ਪੰਜਾਬ ਪੋਡਕਾਸਟ ਵਿੱਚ ਸਵਾਗਤ ਹੈ ਤੁਹਾਡਾ ਸੋ ਦੋਸਤੋ ਨਵੇਂ ਸੈਟਅਪ ਦੇ ਉੱਤੇ ਪਹਿਲਾ ਪੌਡਕਾਸਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਇਆ। ਪਹਿਲਾਂ ਵੀ ਸਾਡੇ ਪੌਡਕਾਸਟ ਨੂੰ ਤੁਸੀਂ ਬੜਾ ਪਿਆਰ ਦਿੱਤਾ। ਪਰ ਅੱਜ ਦਾ ਪੌਡਕਾਸਟ ਬੜਾ ਸੋਹਣਾ ਤੇ ਬੜਾ ਖਾਸ ਹੋਣ ਵਾਲਾ ਕਿਉਂਕਿ ਸਾਡੇ ਨਾਲ ਬਾਈ ਜਿਹੜੇ ਮੌਜੂਦ ਨੇ ਨਾ ਰਫੀ ਮੁਹੰਮਦ ਜਾਂ ਅਵੀਰਾਜ ਬਾਈ ਹੈ ਨਾ ਤੇ ਜਿੰਨਾ ਬਾਈ ਹੋਣਾ ਨੂੰ ਤੁਸੀਂ ਸਟੇਜ ਤੇ ਉੱਤੇ ਅਕਸਰ ਸੁਣਿਆ ਹੋਣਾ ਤੇ ਬਾਈ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹਿਲਾਂ ਵੀ ਪਹੁੰਚੀ ਹੋਈ ਹੈ ਸਾਡੇ ਚੈਨਲ ਥਰੂ ਵੀ ਤੇ ਬਾਕੀ ਚੈਨਲ ਥਰੂ ਵੀ। ਸੋ ਗੱਲਬਾਤ ਕਰਨੀ ਹੈ ਅਵੀਰਾਜ ਬਾਈ ਸਾਣ ਨਾਲ ਅੱਜ ਪੌਡਕਾਸਟ ਦੇ ਵਿੱਚੋਂ ਇਹਨੇ। ਬਾਈ ਕੀ ਹਾਲ ਚਾਲ ਆ ਠੀਕ ਹੋ ਬਹੁਤ ਬਹੁਤ ਪਿਆਰ ਪ੍ਰੀ ਸਸਰੀਕਾਲ ਹਾਂਜੀ ਮੈਂ ਠੀਕ ਆ ਮੈਂ ਰਫੀ ਮਹਮਦ ਕਮਾਂਜਾ ਅਵੀ ਰਾਜ ਜੋ ਮਰਜੀ ਕਰੋ ਜੋ ਤੁਹਾਡਾ ਦਿਲ ਕਰਦਾ ਅਕਸਰ ਤੁਸੀਂ ਸਟੇਜ ਦੇ ਉੱਤੇ ਐਂਕਰਿੰਗ ਕਰਦੇ ਹੋ ਨਾ ਜੀ ਸਰ ਤੇ ਤੇ ਪਹਿਲਾ ਦਰਸ਼ਕਾਂ ਨੂੰ ਇੱਕ ਆਪਣਾ ਅੰਦਾਜ਼ ਜ਼ਰੂਰ ਸਾਂਝਾ ਕਰੋ ਵੀ ਲੋਕ ਜਾਣ ਜਾਣ ਵੀ ਹਾਂ ਮੁੰਡਾ ਉਹੀ ਹੈ ਅੱਛਾ ਜੀ ਸਾਡੇ ਤਿੰਨਾਂ ਵੀਰਾਂ ਵੱਲੋਂ ਅੱਜ ਦਾ ਜੋ ਨਵਾਂ ਤੁਸੀਂ ਇਹ ਪ੍ਰੋਗਰਾਮ ਆਰੰਭ ਕੀਤਾ ਹੈ ਬਹੁਤ ਬਹੁਤ ਮੁਬਾਰਕਾ ਮੇਰੇ ਵੱਲੋਂ ਪੂਰੀ ਟੀਮ ਨੂੰ ਬਹੁਤ ਬਹੁਤ ਪਿਆਰ ਸਤਕਾ ਜੀ ਧੰਨਵਾਦ अच्छा एक शेयर ਤੋਂ ਸ਼ੁਰੂ ਕਰੋ ਜਿਵੇਂ ਅੱਜ ਸਾਡਾ ਪਹਿਲਾ ਪੌਡਕਾਸਟ ਜਿਵੇਂ ਤੁਸੀਂ ਸਟੇਜ ਦੇ ਉੱਤੇ ਨਾ ਸ਼ੁਰੂਆਤ ਕਰਦੇ ਹੋ ਨਾ ਕਿਸੇ ਤਰੀਕੇ ਨਾਲ ਅੱਜ ਸਾਡੇ ਪੌਡਕਾਸਟ ਦੀ ਸ਼ੁਰੂਆਤ ਤੁਸੀਂ ਹੀ ਕਰੋ ਅੱਛਾ ਮੈਂ ਕਰਦੇ ਹਾਂ ਬਿਲਕੁਲ ਅੰਬਰ ਦਾ ਬੂਹਾ ਖੋਲ ਕੇ ਵੇਖਾਂਗਾ ਜੀ ਅੰਬਰ ਦਾ ਬੂਹਾ ਖੋਲ ਕੇ ਵੇਖਾਂਗਾ ਮੈਂ ਰੱਬ ਨਾਲ ਵੀ ਪੰਜਾਬੀ ਬੋਲ ਕੇ ਵੇਖਾਂਗਾ ਪੰਜਾਬੀ ਮਾਂ ਬੋਲੀ ਦੇ ਨਾਮ ਤੋਂ ਸ਼ੁਰੂ ਕਰਦੇ ਹਾਂ ਜੀ ਸੋ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੀਆਂ ਗੱਲਾਂ ਕਿਸਾ ਸਾਡੇ ਚੈਨਲ ਤੇ ਹੁੰਦੀਆਂ ਨੇ ਤੇ ਮੁੱਦਿਆਂ ਦੀਆਂ ਗੱਲਾਂ ਹੋਣਗੀਆਂ ਅਭਿਰਾਜ ਬਾਈ ਪੰਜਾਬ ਦੀ ਗੱਲ ਕੀਤੀ ਹੈ ਤੁਸੀਂ ਹਨ ਜੀ ਸੋ ਪੰਜਾਬ ਦਾ ਇੱਕ ਸ਼ਬਦ ਜੇ ਆਪਾਂ ਪੰਜਾਬ ਨੂੰ ਲੈ ਕੇ ਚੱਲੀਏ ਤਾਂ ਪੰਜਾਬ ਕੀ ਤੁਹਾਡੇ ਮਨ ਦੇ ਵਿੱਚ ਜਿਹੜਾ ਹੁੰਦਾ ਪੰਜਾਬ ਨੂੰ ਲੈ ਕੇ ਸਾਰੀ ਪਹਿਲਾਂ ਸਾਰੇ ਤੋਂ ਪਹਿਲੀ ਗੱਲ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਯੋਧਿਆਂ ਸੂਰਮਾ ਅਵਤਾਰਾਂ ਦੀ ਧਰਤੀ ਆ ਜੀ ਔਰ ਪੰਜਾਬ ਹਰਿਆ ਭਰਿਆ ਸੀ ਹਰਿਆ ਭਰਿਆ ਰਹੇ ਖੁਸ਼ਹਾਲ ਰਹੇ ਇਹੀ ਸ਼ਬਦ ਆ ਪੰਜਾਬ ਹੱਸਦਾ ਬਸਦਾ ਰਹੇ ਕੁੱਲ ਜਹਾਨ ਹੱਸਦਾ ਬਸਦਾ ਰਹੇ ਜੀ ਇਹੀ ਅਲਫਾਜ਼ ਪਰੇ ਅਕਸਰ ਤੁਸੀਂ ਨਾ ਪੰਜਾਬ ਦੇ ਵਿੱਚ ਜਿਵੇਂ ਜਾਤ ਪਾਤ ਨੂੰ ਲੈ ਕੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇਗੀਆਂ ਜੀ ਉਹ ਇੱਕ ਵਾਰੀ ਦੱਸਿਓ ਪਹਿਲਾਂ ਤਾਂ ਉਹ ਸੁਣ ਅਕਸਰ ਸੁਣਦੇ ਆ ਨਾ ਜਦੋਂ ਜੀ ਉਹ ਜਿਵੇਂ ਤੁਸੀਂ ਕਹਿੰਦੇ ਹੋ ਨਾ ਕੋਈ Hindu ਨਾ ਕੋਈ Muslim ਜਾਤ ਪਾਤ ਨਿੰਦਿਆ ਚੁਗਲੀ ਜੀ ਧਰਮ ਦੀ ਨਾ ਕੋਈ ਵਿਚਾਰ ਜਾਤ ਪਾਤ ਨਿੰਦਿਆ ਚੁਗਲੀ ਧਰਮ ਦੀ ਨਾ ਕੋਈ ਵਿਚਾਰ ਮੈਂ ਉੱਥੇ ਮੱਥਾ ਟੇਕਦਾ ਜਿੱਥੇ ਸਾਰਿਆਂ ਨੂੰ ਮਿਲੇ ਪਿਆਰ ਮੇਰਾ ਸਜਦਾ ਉਹਦੇ ਮੂਹਰੇ ਆ ਜਿਹੜਾ ਸਭ ਨੂੰ ਮੁਹੱਬਤ ਕਰੇ ਜੀ ਮੈਂ ਗੀਤਾ ਕੁਰਾਨ ਗੁਰੂ ਗ੍ਰੰਥ ਸਾਹਿਬ ਬਾਈਬਲ ਕਦੇ ਵੀ ਆਪਸ ਚ ਲੜਦੇ ਨਹੀਂ ਦੇਖੇ ਬਿਲਕੁਲ ਜਿਹੜੇ ਇਹਨਾਂ ਪਿੱਛੇ ਲੜਦੇ ਫਿਰਦੇ ਆ ਉਹ ਕਦੇ ਪੜਦੇ ਨਹੀਂ ਦੇਖੇ ਤਿੰਨੇ ਅਲਫ 1 ਜੀ ਅਲਫ 1 ਹੂੰ ਜਿਨੇ ਅਲਫ ਦਾ ਲੁਤਫ ਲੈ ਲਿਆ ਜਿਹਨੂੰ ਅਲਫ ਦੀ ਸਮਝ ਪੈ ਗਈ ਜੀ ਬਸ ਸਾਰਾ ਪੜਨ ਦੀ ਲੋੜ ਹੀ ਨਹੀਂ ਜੀ ਫਿਰ ਨਹੀਂ ਚਾਹੀ ਸਾਰਾ ਪੜ ਲਓ ਵੇਦ ਗ੍ਰੰਥ ਕਿੰਨੇ ਵੀ ਪੜ ਲਓ ਹੂੰ ਫਿਰ ਸਮਝ ਨਹੀਂ ਪੈਣਾ ਜਿਹਨੂੰ ਅਲਫ ਦਾ ਨਾ ਪਤਾ ਲੱਗਿਆ ਜਿਹਨੂੰ ਸਾਡਾ ਮਜ਼ਬਬ ਕੀ ਆ ਸਾਡੀ ਪਹਿਲਾ ਮਜ਼ਬ ਪਹਿਲਾ ਧਰਮ ਇਨਸਾਨੀਅਤ ਨੂੰ ਮੁਹੱਬਤ ਕਰਨਾ ਬਸ ਫਿਰ ਮੈਨੂੰ ਮੇਰੇ ਜੋ ਪੀਰੋ মুর্ਸ਼ਿਦ ਨੇ ਸਿਖਾਇਆ ਉਹ ਇਹ ਆ ਵੀ ਧਰਮ ਜੋੜਦਾ ਤੋੜਦਾ ਬਸ ਇਹੀ ਆ ਔਰ ਜਿਹੜਾ ਤੋੜੇ ਫਿਰ ਉਹ ਧਰਮ ਨਹੀਂ ਹੋ ਸਕਦਾ ਜੀ ਇਹੀ ਆ ਪਰ ਅੱਜ ਕੱਲ ਆਮ ਕਰਕੇ ਦੇਖਣ ਨੂੰ ਮਿਲਦੀਆਂ ਨੇ ਆਪਾਂ ਨੂੰ ਵੀਡੀਓ ਜੀ ਧਰਮ ਦੇ ਲੜਦੇ ਨਹੀਂ ਲੜਦੇ ਇਹ ਹੋਣਾ ਨਹੀਂ ਚਾਹੀਦਾ ਹੋਣਾ ਨਹੀਂ ਚਾਹੀਦਾ ਹਾਂ ਜੀ ਕਿ ਉਹ ਕਿਵੇਂ ਦੇਖਦੇ ਉਹ ਕੀ ਮਤਲਬ ਕਾਰਨ ਮੰਨਦੇ ਉਹ ਚੀਜ਼ ਨੂੰ ਲੈ ਕੇ ਦਿਲ ਉਦਾਸ ਹੁੰਦਾ ਜੀ ਹੂੰ ਪੰਜਾਬੀ ਆਪਸ ਵਿੱਚ ਲੜਦੇ ਝਗੜਦੇ ਬੁਰੇ ਲੱਗਦੇ ਨੇਗੇ ਜੀ ਔਰ ਜਿੰਨੀ ਵੀ ਨੈਗੇਟਿਵ ਜਿੱਦਾਂ ਹੁਣੇ-ਹੁਣੇ ਇੱਕ ਸ਼ਾਇਦ ਫਿਲਮ ਆਈ ਆ ਦਲਜੀਤ ਵੀਰੇ ਨੇ ਬੋਲਿਆ ਦਲਜੀਤ ਦਸਾਂਜੀ ਉਹਨਾਂ ਨੇ ਬਹੁਤ ਸੁਣੀ ਗੱਲ ਬੋਲੀ ہوئی ਆ ਜੀ ਵੀ ਜਿਨੇ ساری ਉਮਰ ਪੰਜਾਬੀ ਲਈ ਲਾਤੀ ਉਹਨੂੰ ਪੁੱਛਦੇ ਆਂ ਅਸੀਂ ਤੂੰ ਪੰਜਾਬੀ ਆ ਤੇ ਜਿਨ੍ਹਾਂ ਨੇ ਵੱਧ ਸ਼ਹਾਦਤਾਂ ਕੁਰਬਾਨੀਆਂ ਕੀਤੀਆਂ ਉਹਨਾਂ ਤੋਂ ਪੰਜਾਬੀ ਪੰਜਾਬ ਦੇ ਹੋਣ ਦਾ ਪੰਜਾਬ ਚ ਰਹਿਣ ਦਾ ਸਬੂਤ ਮੰਗਦੇ ਫਿਰਦੇ ਆ ਔਰ ਪਵਾ ਕੇ ਵੀਰ ਪੈ ਦਾ ਨੈਟ ਅਸੀਂ ਮਤਲਬ ਨਫਰਤ ਫਲਾਉਂਦੇ ਫਿਰਦੇ ਆ ਇਹ ਨਹੀਂ ਹੋਣਾ ਚਾਹੀਦਾ ਬਿਲਕੁਲ ਕੋ ਚੰਗੀ ਚੀਜ਼ ਆ ਉਹਨੂੰ ਅੱਗੇ ਤੱਕ ਪਹੁੰਚਾਓ ਚੰਗਾ ਸਨੇਹਾ ਅੱਗੇ ਤੱਕ ਪਹੁੰਚਾਓ ਕੋਸ਼ਿਸ਼ ਕਰੀਏ ਲੜਾਈਆਂ ਝਗੜਿਆਂ ਤੋਂ ਬਾਝਾਈਏ ਜੀ ਬਸ ਪਰ ਅੱਜਕੱਲ ਦਾ ਇਹ ਸਵਾਦ ਭਾਲਦੇ ਨੇ ਨਟ ਤੇ ਫਿਰ ਮਜ਼ਾ ਆਉਂਦਾ ਜੀ ਅਸੀਂ ਝੂਠੀ ਮਤਲਬ ਸ਼ੋਰਤ ਨਾਲ ਜੁੜ ਗਏ ਜੀ ਵਿੱਚੋਂ ਖਾਲੀ ਹੀ ਸਭ ਨੂੰ ਪਤਾ ਸਭ ਨੂੰ ਪਤਾ ਕੌਣ ਕੀ ਐ ਤੁਸੀਂ ਕਿਉਂ ਮੈਨੂੰ ਪਤਾ ਤੁਹਾਨੂੰ ਆਪਣੇ ਆਪ ਨੂੰ ਵੀ ਪਤਾ ਮੈਂ ਕੀ ਐ ਮੈਨੂੰ ਆਪਦੇ ਆਪ ਨੂੰ ਪਤਾ ਬਿਲਕੁਲ ਹੈਨਾ ਪਰ ਫਿਰ ਵੀ ਹੁੰਦਾ ਵੀ ਸਾਨੂੰ ਮਤਲਬ ਸਲੂਟ ਵੱਜਦਾ ਰਹੇ ਹਾਂ 63 ਹਵਾ ਚਾਉਣ ਵਾਲੇ ਹੋਗੇ ਖਾਲੀ ਲਫਾਫੇ ਹੋਗੇ ਸੀ ਜੀ ਇਹੀ ਆ ਮਤਲਬ ਹਵਾ ਪੰਪ ਦੇ ਤੇ ਪੰਪ ਅੱਜ ਕੱਲ ਬੜਾ ਚਾਹੁੰਦਾ ਇੱਕ ਗੱਲ ਹੋਰ ਮੈਂ ਬੋਲੀ ਇੱਕ ਦਿਨ ਸਟੇਜ ਤੇ ਇੱਥੇ ਪੰਪ ਦੇਣ ਵਾਲਿਆਂ ਨੂੰ ਸੂਰਮਾ ਹਾਂ ਜਿਹੜਾ ਕੋਈ ਕਿਸੇ ਨੂੰ ਚੱਕਮੀ ਮਤਲਬ رائے ਦੇਵੇ مشਵਰਾ ਦੇਵੇ ਪੰਪ ਦੇਣ ਵਾਲਿਆਂ ਨੂੰ ਸੂਰਮਾ ਅਕਲ ਦੇਣ ਵਾਲਿਆਂ ਨੂੰ ਗਦਾਰ ਕਹਿੰਦੇ ਨੇ ਜੀ ਹੁਣ ਉਹ ਸਮਾਜ ਚੱਲ ਰਿਹਾ ਅਕਲ ਦੇਣ ਵਾਲਿਆਂ ਨੂੰ ਗਦਾਰ ਕਹਿੰਦੇ ਨੇ ਬਾਕੀ ਅਸੀਂ ਉਸ ਸਮਾਜ ਵਿੱਚ ਰਹਨੇ ਆ ਜਿੱਥੇ ਗੰਦਗੀ ਸਾਫ਼ ਕਰਨ ਵਾਲਿਆਂ ਨੂੰ ਗੰਦਾ ਕਿਹਾ ਜਾਂਦਾ ਗੰਦ ਪਾਉਣ ਵਾਲਿਆਂ ਨੂੰ ਵਧੀਆ ਕਿਹਾ ਜਾਂਦਾ ਬਿਲਕੁਲ ਅਸੀਂ ਉਸ ਸਮਾਜ ਵਿੱਚ ਰਹਨੇ ਆ ਜੀ ਹਾਂ ਬਿਲਕੁਲ ਅਜੋ ਜਿਵੇਂ ਇੱਕ ਮੇਰੇ ਦਿਮਾਗ ਚ ਆਉਂਦਾ ਪੰਪ ਦਿੰਦੇ ਆ ਨਾ ਜਿਹੜਾ ਪੰਪ ਬੜੀ ਕੁੱਤੀ ਚੀਜ਼ ਆ ਬੰਦੇ ਨੂੰ ਮਰਵਾ ਦਿੰਦਾ ਜੀ ਸਾਡਾ ਨਾ ਇੱਕ ਬਾਈ ਜੀ ਨੇ ਸਤਕਾਰਯੋਗ ਉਹ ਕੈਨੇਡਾ ਨੂੰ ਗਏ ਜੀ ਜਹਾਜ਼ ਚ ਬੈਠੇ ਉਹਨਾਂ ਦੇ ਨਾਲ ਗੋਰੀ ਬੈਠੀ ਸੀ ਹੂੰ ਉਹ ਜਦੋਂ ਆਪਾਂ ਜਾਈਏ ਉਚਾਈ ਤੇ ਜਹਾਜ਼ ਤਾਂ ਨਹੀਂ ਬੈਠੇ ਹਜੇ ਜਿਵੇਂ ਪਹਾੜਾਂ ਵੱਲ ਜਾਈਏ ਸ਼ਿਮਲੇ ਵੱਲ ਤਾਂ ਉਚਾਈ ਤੇ ਜਾ ਕੇ ਕੰਨ ਬੰਦ ਹੋ ਜਾਂਦੇ ਆ ਅਕਸਰ ਬਿਲਕੁਲ ਉਹ ਓਪਨ ਉਦੋਂ ਹੁੰਦੇ ਆ ਉਦੋਂ ਖੁੱਲਦੇ ਆ ਜਦੋਂ ਆਪਾਂ ਆਵਾਜ਼ੀ ਲੈ ਲਈਏ ਹੂੰ ਉਹ ਬੰਦਾ ਪਰੇਸ਼ਾਨ ਹੋ ਗਿਆ ਜਹਾਜ਼ 'ਚ ਬੈਠਾ ਉਹਨੇ ਬਥੇਰਾ ਇੱਦਾਂ-ਇੱਦਾਂ ਕਰਿਆ ਉਹ ਗੋਰੀ ਸਮਝ ਗਈ ਵੀ ਸ਼ਾਇਦ ਕਿਸੇ ਤਕਲੀਫ ਦੇ ਵਿੱਚ ਆ ਉਹਨੂੰ ਆਪਣੇ ਤਰੀਕੇ ਨਾਲ ਉਹਨੇ ਸਮਝਾਇਆ ਵੀ ਤੂੰ ਆਵਾਸੀ ਲੈ ਲਾ ਹੂੰ ਉਹ ਬੰਦਾ ਦੇ ਜ਼ਿਹਨ 'ਚ ਪੈ ਗਈ ਗੱਲ ਵੀ ਕੀ ਕਹਿ ਰਹੀ ਉਹਨੇ ਕਿਸੇ ਵੀ ਤਰੀਕੇ ਨਾਲ ਆਵਾਸੀ ਆਈ ਉਹਨੂੰ ਉਹਨੇ ਪੁੱਛਿਆ ਵੀ ਆਲ ਰਾਈਟ ਕਿੱਦਾਂ ਫੀਲ ਕਰ ਰਿਹਾ ਕਹਿੰਦਾ ਓਕੇ ਮੈਂ ਠੀਕ ਆ ਤਾਂ ਉਹ ਗੋਰੀ ਨੇ ਨਾ ਹੌਲੀ-ਹੌਲੀ ਕਲੈਪ ਕੀਤੀ ਹੂੰ ਔਰ ਅਸੀਂ ਕਲੈਪ ਉਦੋਂ ਕਰਦੇ ਆ ਜਦ ਕੋਈ ਮੂਦਾ ਡੇਗਾ ਅਸੀਂ ਕਲੈਪ ਉਦੋਂ ਕਰਦੇ ਆਂ ਜਦੋਂ ਕਿਸੇ ਦਾ ਕੁਝ ਬੁਰਾ ਹੁੰਦਾ ਵੀ ਕਿਉਂ ਆ ਗਿਆ ਮਜਾ ਅਸੀਂ ਉੱਥੇ ਪਹੁੰਚ ਗਏ ਸਾਡੇ ਲੋਕ ਖੁਸ਼ ਉੱਥੇ ਹੁੰਦੇ ਹਾਂ ਹਾਂ ਕਿਸੇ ਦਾ ਉਜਾੜ ਦੇਖ ਕੇ ਬਾਰੇ ਸ਼ਾ ਉਜਾੜ ਕੇ ਬਸਦਿਆਂ ਨੂੰ ਕਦੋਂ ਸੁੱਖਾਂ ਦੀਆਂ ਨੀਂਦਰਾਂ ਸੌਣਗੀਆਂ ਅਸੀਂ ਉਹ ਜੜਿਆਂ ਨੂੰ ਦੇਖ ਕੇ ਖੁਸ਼ ਹੁੰਨੇ ਆ ਜੀ ਹਮ ਮਤਲਬ ਕਿਸੇ ਦੇ ਜਦੋਂ ਕੋਈ ਨੁਕਸਾਨ ਹੁੰਦਾ ਹਾਂ ਸਾਨੂੰ ਵਧੀਆ ਸਾਰੇ ਤੋਂ ਵੱਡਾ ਉਦੋਂ ਵਧੀਆ ਲੱਗਦਾ ਰ ਨਾ ਅਹੀ ਚੀਜ਼ ਦੇਖਣ ਨੂੰ ਮਿਲਦੀ ਜੀ ਸੋਚ ਬਦਲਣ ਵਾਲੀ ਆ ਸਾਥ ਸਾਥ ਕਿੰਨਾ ਕਿ ਦਿੰਦੇ ਨੇ ਲੋਕ ਲੋਕ ਤਾਂ ਦਿੰਦੇ ਆ ਬਹੁਤ ਵਧੀਆ ਨੇ ਸਾਰੇ ਵਧੀਆ ਨੇ ਤੁਸੀਂ ਭਰਾ ਬੈਠੇ ਹੋ ਸਾਰੇ ਵਧੀਆ ਨੇ ਸਾਰੇ ਸਾਥ ਦਿੰਦੇ ਨੇ ਬਸ ਕਦੇ ਨਰਵਸ ਉਦਾਸ ਹੋ ਜੰਨਾ ਜੀ ਹੋ ਜੰਨਾ ਅੱਛਾ ਹਾਂ ਆਪਾਂ ਮੈਂ ਤੁਹਾਡੇ ਕੰਮ ਤੇ ਵੀ ਆਈ ਆ ਜੀ ਸਰ ਤੁਸੀਂ ਅਕਸਰ ਕਿੰਨੀਆਂ ਸਟੇਜਾਂ ਹੁਣ ਤੱਕ ਮਤਲਬ ਲਾ ਚੁੱਕਾ ਮੈਨੂੰ ਇਹ ਤਾਂ ਨਹੀਂ ਦੱਸ ਸਕਦਾ ਕਿੰਨੀਆਂ ਮਤਲਬ ਪਿਛਲੇ 13 14 ਸਾਲਾਂ ਤੋਂ ਸਟੇਜ ਤੇ ਹੀ ਹਾਂ ਹਮ ਸਹੀ ਹੈ ਵਧੀਆ ਐਕਸਪੀਰੀਅੰਸ ਹੁੰਦੇ ਨੇ ਇੱਕ ਬੇਹੱਦ ਇੱਕ ਬਿਲਕੁਲ ਖਰਾਬ ਵੀ ਹੋ ਜਾਂਦੇ ਆ ਹਾਂਜੀ ਇੱਕ ਚਲੋ ਦੋਨੇ ਮਿਲਦੇ ਨੇ ਦੋਨੇ ਮਿਲਦੇ ਨੇ ਚੰਗਾ ਵੀ ਮਿਲਦਾ ਮਾੜਾ ਵੀ ਮਿਲਦਾ ਜੀ ਮੈਨੂੰ ਤਾਂ ਚੰਗਾ ਹੀ ਮਿਲਿਆ ਜੀ ਸਾਰਿਆਂ ਨੇ ਮੁਹੱਬਤ ਕੀਤੀ ਆ ਸਾਰਿਆਂ ਨੇ ਪਿਆਰ ਕੀਤਾ ਮੈਂ ਸ਼ੁਕਰਗੁਜ਼ਾਰ ਆ ਖੁਦਾ ਦਾ ਜੀ ਦੇਖਣ ਵਾਲਿਆਂ ਦਾ ਵੀ ਵੀ ਮੈਨੂੰ ਦੋ ਚਾਰ ਘੰਟੇ ਅਗਲਾ ਸੁਣ ਲੈਂਦਾ ਬਰਦਾਸ਼ਤ ਕਰ ਲੈਂਦਾ ਆਦਰਵਾਇਜ਼ ਮੇਰੀ ਚਾਹਤ ਆ ਕੁਛ ਨਹੀਂ ਜੀ ਫਿਰ ਵੀ ਮੈਂ ਸ਼ੁਕਰ ਆ ਗੁਰੂ ਨਾਨਕ ਸਾਹਿਬ ਦਾ ਅਕਸਰ ਤੁਸੀਂ ਇਹਦੇ ਤੇ ਇੱਕ ਵਾਰ ਤੁਹਾਨੂੰ ਦਸਤਾਰ ਸਜਾ ਕੇ ਵੀ ਦੇਖਿਆ ਨਾ ਬਹੁਤ ਹਾਂਜੀ ਉਦੋਂ ਕਿੰਨਾ ਕੁ ਪਿਆਰ ਮਿਲਦਾ ਉਦੋਂ ਵੀ ਮੁਹੱਬਤ ਮਿਲਦੀ ਹੈ ਜੀ ਜੀ ਉਦੋਂ ਵੀ ਬਹੁਤ ਪਿਆਰ ਮਿਲਦਾ ਜੀ ਪੱਗ ਤਾਂ ਪੱਗ ਹੀ ਆ ਫਿਰ ਕਿਸੇ ਦੀ ਵੀ ਹੋਵੇ ਚਾਹੇ ਮੁਸਲਿਮ ਭਰਾ ਦੀ ਸਿੱਖ ਵੀਰੇ ਦੀ ਹਿੰਦੂ ਦੀ ਸਾਈ ਦੀ ਪੱਗ ਨੂੰ ਸਤਿਕਾਰ ਔਰ ਜਦੋਂ ਪੱਗ ਬੰਨੀ ਹੋਵੇ ਹੂੰ ਫਿਰ ਨੀਮੀ ਨਾ ਪੈ ਜਾਵੇ ਬਿਲਕੁਲ ਫਿਰ ਉਹ ਨੀਮੀ ਇੱਕ ਸ਼ਖਸ ਦੀ ਨਹੀਂ ਪੈਂਦੀ ਪੂਰਾ ਪੰਜਾਬ ਛੁੱਕ ਜਾਂਦਾ ਜੀ ਛੁਕੇਗਾ ਜੀ ਪੱਗ ਨੂੰ ਸਤਿਕਾਰ ਅੱਛਾ ਇੱਕ ਸਵਾਲ ਕੀਤਾ ਗਿਆ ਤੁਹਾਨੂੰ ਪੱਗ ਨੂੰ ਲੈ ਕੇ ਵੀ ਬਾਈ ਪੱਗ ਬੰਨੀਆਂ ਤੁਹਾਨੂੰ ਗਰਮੀ ਨਹੀਂ ਲੱਗਦੀ अच्छा तू सि किथे ਸੁਣੀ ਗੱਲ ਸੁਣ ਲਈ ਗੱਲ ਸੁਣ ਲਈ ਉਹਨਾਂ ਚਾਹੇ ਕਿਸੇ ਦੀ ਵੀ ਗੱਲ ਹੈ ਚਾਹੇ ਕੋਈ ਮੀਆਂ ਬੀਬੀ ਰੈਡੀ ਹੋ ਰਹੇ ਸੀ ਕਿਸੇ ਪ੍ਰੋਗਰਾਮ ਚ ਜਾਣ ਨੂੰ ਚਾਹੇ ਭੈਣ ਆਪਦੇ ਭਰਾ ਨੂੰ ਚਾਹੇ ਕਿਸੇ ਦੀ ਫਰੈਂਡ ਆਪਦੇ ਫਰੈਂਡ ਨੂੰ ਕਹਿ ਰਹੀ ਆ ਉਹਨੇ ਗੱਲ ਪੁੱਛੀ ਵੀ ਬਾਹਰ 48 ਡਿਗਰੀ ਤਾਪਮਾਨ ਆ ਹੂੰ ਰੁੱਖ ਰੁੱਖ ਲਾਉਣੋਂ हट ਗਏ ਨਾ ਅਸੀਂ ਜਲਾਉਣ ਲੱਗ ਗਏ ਜੀ ਬਾਹਰ 48 ਡਿਗਰੀ ਤਾਪਮਾਨ ਆ ਵੀ ਤੈਨੂੰ ਗਰਮੀ ਨਹੀਂ ਲੱਗਦੀ ਤੂੰ ਪੱਗ ਬੰਨਦਾ ਹੂੰ ਉਹ ਮੁੰਡਾ ਲਾਸਟ ਲੜ ਰਾ ਰਿਆ ਸੀ ਕਹਿੰਦਾ ਇੱਕ ਮਿੰਟ ਖੜ ਜ ਜਾ ਦੱਸ ਦੱਸਦਾ ਮੈਂ ਲਾਸਟ ਲੜ ਲਾਇਆ ਪੱਗ ਪੈਨ ਲਾਇਆ ਕਹਿੰਦਾ ਹੁਣ ਪੁੱਛ ਕੀ ਪੁੱਛਦੀ ਸੀ ਉਹ ਕਹਿੰਦੀ ਮੈਂ ਕਹਿੰਦੀ ਸੀ ਵੀ ਬਾਹਰ 48 ਡਿਗਰੀ ਤਾਪਮਾਨ ਆ ਵੀ ਗਰਮੀ ਨਹੀਂ ਲੱਗਦੀ ਉਹ ਕਹਿੰਦਾ ਨਹੀਂ ਮੇਰੇ ਠੰਡ ਉਹਦੋਂ ਪੈਂਦੀ ਹੈ ਜਦੋਂ ਮੈਂ ਪੱਗ ਬੰਨ ਲਵਾਂ ਰਹਿ ਜੀ ਗਰਮੀ ਚ ਗਰਮੀ ਨਹੀਂ ਲੱਗਦੀ ਜੀ ਉਹ ਆ ਪੱਗ ਜੀ ਸਤਕਾਰ ਜੀ ਕਿੰਨਾ ਕੁ ਪਿਆਰ ਮਿਲਦਾ ਸਟੇਜ ਦੇ ਉੱਤੇ ਫਿਰ ਬੇहद ਮਿਲਦਾ ਜੀ ਮੈਨੂੰ ਮੁਹੱਬਤ ਬਹੁਤ ਮਿਲੀ ਆ ਉਹਨਾਂ ਨੇ ਮਾਣਾ ਨਹੀਂ ਲਿਆ ਮੈਨੂੰ ਪਿਆਰ ਬਹੁਤ ਮਿਲਿਆ ਆਪਣੀ ਆਡੀਅੰਸ ਬੈਠੀ ਅੱਜ ਵੀ ਹਾਂ ਜੀ ਅਕਸਰ ਜਿਵੇਂ ਸਟੇਜ ਦੇ ਉੱਤੇ ਨਾ ਤੁਸੀਂ ਕੁਝ ਭਾਵੇਂ ਧੀਆਂ ਨੂੰ ਲੈ ਕੇ ਗੱਲਾਂ ਕਰਦੇ ਹੋ ਜਾਂ ਪਰਿਵਾਰ ਨੂੰ ਲੈ ਕੇ ਗੱਲਾਂ ਕਰਦੇ ਹੋ ਜੀ ਅ ਜਾਂ ਕਿਸੇ ਜੀਜੇ ਨੂੰ ਵੀ ਲੈ ਕੇ ਗੱਲਾਂ ਕਰਦੇ ਹੋ ਨਾ ਵੀ ਉਹ ਆ ਗਿਆ ਜੀਜਾ ਹਾਂ ਨਾ ਹਾਏ ਘਟ ਹੁੰਦਾ ਨਾ ਅੱਦਾ ਚੱਲਦੀ ਨਹੀਂ ਹਾਂ ਜੀ ਹਾਂ ਜੀ ਚੱਲੀ ਜਾਂਦਾ ਸਾਡੇ ਕੰਮ ਹੈ ਤੇ ਧੀਆਂ ਨੂੰ ਲੈ ਕੇ ਤੁਹਾਡੀ ਇੱਕ ਬੜੀ ਜਿਹੜੀ ਗੱਲ ਕਾਫੀ ਵਾਇਰਲ ਹੋਈ ਸੀ ਇੱਕ ਮੈਂ ਧੀਆਂ ਲਈ ਲੋੜੀ ਲਈ ਵੀ ਲਿਖਿਆ ਕੁਛ ਗੀਤ ਮੰਨਿਆ ਪੁੱਤ ਦੀ ਦਾਤ ਨਿਰਾਲੀ ਚੰਗੀ ਗੱਲ ਸੁਣਦੇ ਨਹੀਂ ਨਾ ਮੈਂ ਲੋੜੀ ਲਈ ਗੀਤ ਲਿਖਿਆ ਸੀ ਜੀ ਕਈਆਂ ਨੂੰ ਪੁੱਛਿਆ ਬੀਬੀ ਗਾ ਦੋ ਹਮ ਮੇਰੇ ਕੋਲੇ ਤਾਂ ਹੈ ਨਹੀਂ ਇੰਨੇ ਪੈਸੇ ਜੀ ਵੀ ਗਾ ਲਈਏ ਕਿਉਂਕਿ ਉਹ ਟੀਵੀ ਤੇ ਆਉਣਾ ਪੈਂਦਾ ਜਾਂ ਨੈੱਟ ਦਾ ਜ਼ਮਾਨਾ ਆ ਗਿਆ ਜੀ ਤੇ ਕਿਸੇ ਨੇ ਲੱਭਿਆ ਨਹੀਂ ਉਹਨੂੰ ਮਤਲਬ ਫੜਿਆ ਨਹੀਂ ਉਹ ਗੀਤ ਵੀ ਲਿਆ ਹਮ ਹਮ ਉਸੀ ਮੰਨਿਆ ਪੁੱਤ ਦੀ ਦਾਤ ਨਿਰਾਲੀ ਜੀ ਬੇਨਤੀਆਂ ਦੇ ਘਰ ਰਹਿੰਦੇ ਖਾਲੀ ਜੀ ਪੁੱਤਰ ਹੋਣ ਘਰ ਘਰ ਹੋਣ ਪਰ ਟੀਵੀ ਜ਼ਰੂਰੀ ਆ ਔਰ ਜਿਹੜੇ ਘਰੇ ਧੀ ਆ ਜਾਂਦੀ ਆ ਜੀ ਤਾਂ ਬੰਦੇ ਨੂੰ ਬੋਲਣਾ ਆ ਜਾਂਦਾ ਵੀ ਬੋਲਣਾ ਕੀ ਆ ਬਿਲਕੁਲ ਕੀ ਬੋਲਣਾ ਹਮ ਗੱਲ ਕਰਦੇ ਆ ਪੂਰੀ ਮੰਨਿਆ ਪੁੱਤ ਦੀ ਦਾਤ ਨਿਰਾਲੀ ਬੇਨਤੀਆਂ ਦੇ ਘਰ ਰਹਿੰਦੇ ਖਾਲੀ ਮਿਲਣ ਮੁਰਾਦਾ ਰੱਬ ਦੇ ਘਰ ਤੋਂ ਮਿਲਣ ਨਾਲ ਲੱਖ ਕਰੋੜੀ ਜੀ ਧੀਆਂ ਦੀ ਵੀ ਬੰਡਿਆ ਕਰੋ ਲੋੜੀ ਆ ਧੀਆਂ ਦੀ ਵੀ ਬੰਡਿਆ ਕਰੋ ਲੋੜੀ ਸਾਰੇ ਸਮਾਜ ਨੂੰ ਇਹੀ ਬੇਨਤੀ ਵੀ ਧੀ ਧਿਆਣੀ ਦੀ ਲੋੜੀ ਹੋਵੇ ਕਿਉਂਕਿ ਧੀ ਜਦੋਂ ਆਉਂਦੀ ਆ ਉਹ ਆਪ ਨਹੀਂ ਆਉਂਦੀ ਉਹ ਸਨੇਹਾ ਲੈ ਕੇ ਆਉਂਦੀ ਆ ਖੁਦਾ ਦੇ ਘਰ ਤੋਂ ਜੀ ਧੀ ਜਦੋਂ ਆਉਂਦੀ ਆ ਉਹ ਆਪ ਨਹੀਂ ਆਉਂਦੀ ਸਨੇਹਾ ਲੈ ਕੇ ਆਉਂਦੀ ਆ ਵੀ ਪਾਪਾ ਘਰ ਆ ਨਾ ਜੇ ਉਹ ਰਾਜੀ ਆ ਮੈਨੂੰ ਤਾਂ ਤੇਰੇ ਘਰੇ ਭੇਜਿਆ ਜੀ ਕਈ ਧੀ ਨੂੰ ਵੀ ਤਰਸਦੇ ਨੇ ਜੀ ਹਾਂ ਮੇਰੀ ਆ ਦੇ ਲੋਈ ਕੰਡੇ ਆਉਣ ਲੱਗ ਗੀ ਹੂੰ ਨਹੀਂ ਹੁਣ ਤਾਂ ਲੋਕ ਕਾਫੀ ਚਲਕਾ ਮਨਾਉਣ ਲੱਗ ਗਏ ਹਾਂਜੀ ਬਿਲਕੁਲ ਬਿਲਕੁਲ ਬਦਲਾਅ ਆਇਆ ਹੈ ਸੁਧਾਰ ਹਾਂਜੀ ਚੇਂਜ ਹੋਇਆ ਹੂੰ ਚੇਂਜ ਹੋਇਆ ਪੁੱਤ ਧੀ ਦਾ ਫਰਕ ਕੋਈ ਨਹੀਂ ਬਸ ਜੀ ਪਰ ਖੁਦਾ ਪੁੱਤ ਵੀ ਦੇਵੇ ਫਿਰ ਵੀ ਹਰ ਸ਼ਖਸ ਦੇ ਰੂਚ ਦਿਲ ਚ ਰਹਿੰਦੀ ਆ ਪੁੱਤਰੀ ਦੀ ਤਮੰਨਾ ਦਾਤਾ ਪੁੱਤ ਵੀ ਦੇਵੇ ਧੀ ਵੀ ਦਵੇ ਜ਼ਰੂਰ ਬੰਦੇ ਨੂੰ ਬੋਲਣਾ ਆ ਜਾਂਦਾ ਵੀ ਕੀ ਬੋਲਣਾ ਮੈਂ ਕੱਲ ਪਰਸ ਇੱਕ ਪਾਕਿਸਤਾਨੀ ਸ਼ਾਇਦ ਉਹ ਰੀਲ ਚੱਲ ਰਹੀ ਸੀ ਨੈਟ ਤੇ ਤਾਂ ਉਹ ਲੇਡੀਜ਼ ਆਪਣੀ ਬੇਟੀ ਨੂੰ ਇਸ ਦੱਸ ਰਹੀ ਸੀ ਕਹਿੰਦੀ ਤਰਬੀਤ ਤਰਬੀਤ ਪਾਲਣ ਪੋਸ਼ਣ ਪਰਬ੍ਰਿਸ਼ ਧੀਆ ਨਾਲੋਂ ਵੱਧ ਪੁੱਤਾਂ ਦੀ ਕਰਨਾ ਜ਼ਰੂਰੀ ਹੈ ਕਹਿੰਦੀ ਜੀ ਉਹਨਾਂ ਨੂੰ ਪਤਾ ਲੱਗੇ ਕਿਸੇ ਧੀ ਭੈਣ ਨਾਲ ਕਿਵੇਂ ਗੱਲ ਕਰੀਦੀ ਆ ਹਾਂ ਔਰ ਉਹ ਧੀਆ ਨੂੰ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਸਾਡਾ ਘਰ ਆ ਸਾਡੇ ਬਾਪੂ ਦੇ ਚਿੱਟੀ ਪੱਗ ਬੰਨੀ ਹੋਈ ਆ ਜੀ ਇਹ ਮੈਲੀ ਨਾ ਹੋ ਜੇ ਦੋਨਾਂ ਨੂੰ ਹੀ ਕਹਿ ਰਿਹਾ ਮੈਂ ਪੁੱਤ ਨੂੰ ਵੀ ਧੀ ਨੂੰ ਵੀ ਹਾਂ ਨੈਟ ਤੇ ਬਹੁਤ ਕੋ ਦਿਂਦਾ ਹਮ ਮਾਫ ਕਰੇ ਖੁਦਾ ਹਮ ਬਸ ਅੱਗੇ ਕਹਿੰਦੇ ਸੀ ਟੀਵੀ ਤੇ ਕੱਪੜਾ ਪਾ ਕੇ ਦੇਖਣ ਦੀ ਲੋੜ ਆ ਹਮ ਬਸ ਹੁਣ ਅਸੀਂ ਮੋਬਾਈਲ 'ਚ ਕੱਪੜੇ ਛਿਲਕੋਲ ਕੋ ਦੇਖਦੇ ਹਾਂ ਜੀ ਸੱਚੀ ਦੇਖਣ ਦਾ ਟਾਈਮ ਨਹੀਂ ਰਿਹਾ ਬਰੋਬਰ ਆਪਣੇ ਇੱਕ ਰੂਮ ਦੇ ਵਿੱਚ ਅਸੀਂ ਪੈਨੇ ਆ ਸਾਰੇ ਹਮ ਮੈਂ ਕਈ ਵਾਰੀ ਨੈਟ ਖੋਲਦਾ ਨਹੀਂ ਵੀ ਪਤਾ ਨਹੀਂ ਕੀ ਆ ਜਾਣਾ ਬਿਲਕੁਲ ਔਰ ਕੀਨੇ ਕੀ ਬੋਲ ਦੇਣਾ ਕੁਛ ਨਹੀਂ ਪਤਾ ਬਰੋਬਰ ਮੇਰੀ ਅੰਮਾ ਰੀਆ ਭੈਣ ਵੀ ਆ ਇੱਕ ਛੋਟੀ ਜੀ ਭਤੀਜੀ ਆ ਸਾਡੀ ਉਹ ਵੀ ਸਾਡੇ ਕੋਲੇ ਪੈਂਦੀ ਆ ਉਹ ਪਤਾ ਨਹੀਂ ਨੈਟ ਤੇ ਕਿਹਨੇ ਕੀ ਬੋਲ ਦੇਣਾ ਬਿਲਕੁਲ ਡਰੀ ਲੱਗਦਾ ਹੁਣ ਨੈਟ ਖੋਲਣ ਤੋਂ ਟੀਵੀ ਖੋਲਣ ਤੋਂ ਲੱਗਦਾ ਸੀ ਕਦੇ ਪਰ ਫਿਰ ਵੀ ਕੁਛ ਹੱਦ ਤੱਕ ਟੀਵੀ ਠੀਕ ਸੀ ਜੀ ਹੁਣ ਕੱਲੇ ਕੱਲੇ ਦੀ ਜੇਬ ਚ ਟੀਵੀ ਆ ਹਾਂ ਜੋ ਮਰਜ਼ੀ ਦੇਖੀ ਇਹ ਬਦਲਾਅ ਨੂੰ ਕਿਵੇਂ ਦੇਖਦੇ ਆ ਇਹ ਬਦਲਾਅ ਸਾਡਾ ਦੇਖੋ ਫਿਰ ਵੀ ਦੋਈ ਗੱਲਾਂ ਨੇ ਬਲਜਿੰਦਰ ਜੀ ਹੂੰ ਕਿਤੇ ਨਾ ਕਿਤੇ ਸੀ ਖੋਲਿਆ ਬਹੁਤ ਕੁਝ ਤਰੱਕੀ ਜਰੂਰ ਹੋਈ ਆ ਪਰ ਖੋਹ ਬਹੁਤ ਕੁਛ ਲਿਆ ਉਹਦੋਂ ਕੀਮਤੀ ਖੋ ਚੁੱਕੇ ਆ ਉਹਨਾਂ ਸੀ ਪਾਇਆ ਨਹੀਂ ਜਿੰਨਾ ਖੋ ਲਿਆ ਹਾਂ ਨੁਕਸਾਨ ਹੋਇਆ ਹਮ ਦੇ ਹੱਥਾਂ ਚ ਫੋਨ ਆ ਟੀਵੀ ਕੀ ਕੀ ਟੀਵੀ ਆ ਗਿਆ ਹਾਂਜੀ ਕੀ ਕੀ ਖੋਇਆ ਨੇ ਖੋ ਤਾਂ ਹੁਣ ਜਿਵੇਂ ਬੰਦਾ ਘੜੀ ਨਹੀਂ ਹੈ ਪਹਿਲਾਂ ਤਾਂ ਕੋਈ ਕਾਪੀ ਰੱਖਦਾ ਸੀ ਜੇਬ ਚ ਡੈਰੀ ਰੱਖਦਾ ਸੀ ਪੌਕਟ ਡੈਰੀ ਕਹਿੰਦੇ ਸੀ ਉਹਨੂੰ ਉਹ ਵੀ ਗਈ ਠੀਕ ਆ ਫਿਰ ਜੇ ਇਹ ਛੋਟੀਆਂ ਗੱਲਾਂ ਨੇ ਜਾਂ ਇਹ ਵੀ ਨੌਲੇਜ ਦੀਆਂ ਗੱਲਾਂ ਨੇ ਬੰਦੇ ਦਾ ਚੈਨ ਸਕੂਨ ਖੋ ਗਿਆ ਜੀ ਗੱਡੀ ਚਲਾਉਂਦਾ ਚੈਟ ਕਰਦਾ ਮੈਂ ਖੁਦ ਕਰ ਲੈਣਾ ਹੂੰ ਗੱਡੀ ਚਲਾਉਂਦਾ ਫੋਨ ਚਲਾਉਂਦਾ ਉਹ ਜੀ ਸਕੂਟਰ ਵਾਲਾ ਸਕੂਟਰ ਤੇ ਆ ਕਿਸੇ ਦਾ ਹੈਲਮਟ ਪਾਇਆ ਉਹਨੇ ਹੈਲਮਟ ਚ ਪਾਇਆ ਹੋਇਆ ਫੋਨ ਹੂੰ ਇੰਨਾ ਮਤਲਬ ਬੰਦਾ ਬੇਚੈਨ ਹੋ ਚੁੱਕਿਆ ਟਾਈਮ ਨਹੀਂ ਹੈ ਉਹਦੇ ਕੋਲੇ ਪੇਸ਼ੈਂਸ ਨਹੀਂ ਹੈ ਹਾਂ ਸਬਰ ਖੋ ਗਿਆ ਸਾਡਾ ਸਰਤਾਜ ਦਾ ਗਾਣਾ ਵੀ ਆਇਆ ਸੀ ਨਾ ਆਸਾ-ਵਾਸਾ ਦੇਖਿਆ ਨਾ ਸਾਰਾ ਦਿਨ ਹੀ ਫੋਨ ਚ ਵੜਿਆ ਇਦਾਂ ਦਾ ਕੁਛ ਉਦਾਂ ਜੀ ਕੰਨਾਂ ਤੇ ਮੋਬਾਈਲ ਅੱਖਾਂ ਟੀਵੀ ਵਿੱਚ ਵੜੀਆਂ ਬਾਈ ਜੀ ਨੇ ਗੱਲ ਕੀਤੀ ਸੀ ਮਾਨ ਸਾਹਿਬ ਨੇ ਹੂੰ ਕਾਫੀ ਕੁਝ ਖੋ ਚੁੱਕੇ ਹਾਂ ਅਸੀਂ ਬਿਲਕੁਲ ਅੱਛਾ ਭਾਈ ਜਿਵੇਂ ਅਕਸਰ ਜਿਵੇਂ ਇਹ ਤਾਂ ਚੰਗੇ ਐਕਸਪੀਰੀਅੰਸ ਦੱਸ ਰਹੇ ਹੋ ਤੁਸੀਂ ਨਾ ਕੁਝ ਆਪਣੇ ਮਾੜੇ ਕਿਹੜੇ ਕਿੜੇ ਹੁੰਦੇ ਨੇ ਫਿਰ ਐਂਕਰਾਂ ਦੇ ਨਾਲ ਜਾਂ ਮਾੜਾ ਕਿਸਟਾ ਗਰੁੱਪ ਦੇ ਨਾਲ ਗਰੁੱਪ ਤੇ ਮਾੜਾ ਮੈਨੂੰ ਬਹੁਤ ਘੱਟ ਮਿਲਿਆ ਠੀਕ ਹੈ ਮੈਨੂੰ ਤਾਂ ਚੰਗੀ ਮੁਹੱਬਤ ਹੀ ਮਿਲੀ ਹੈ ਬਾਕੀ ਜਿਹੜਾ ਜਿਵੇਂ ਘਰੋਂ ਮੈਂ ਭਰੀ ਜਾਊ ਮੇਰ ਤੋਂ ਵੀ ਕੋਈ ਗੁਨਾਹ ਹੋਗਾ ਸਤਾਖੀ ਹੋ ਸਕਦੀ ਆ ਉਹ ਜੇ ਮੈਨੂੰ ਹੋ ਜਾਊਗਾ ਪਰ ਫਿਰ ਵੀ ਅਸੀਂ ਜਦੋਂ ਘਰੋਂ ਤੁਰਦੇ ਆ ਤਾਂ ਉਸ ਦੋਨਾਂ ਪਰਿਵਾਰਾਂ ਦੀ ਖੈਰ ਸਲਾਮਤੀ ਮੰਗਤੇ ਮੰਗ ਕੇ ਹੀ ਤੁਰਦੇ ਆ ਜਿਨ੍ਹਾਂ ਦੀ ਵਜ੍ਹਾ ਨਾਲ ਇੱਕ ਵਿਆਹ ਰੱਖਿਆ ਜਾਂਦਾ ਜੀ ਮੁੰਡੇ ਵਾਲਿਆਂ ਦੇ ਘਰੇ ਕੁੜੀ ਵਾਲਿਆਂ ਦੇ ਘਰੇ ਹਮਮ ਔਰ ਰਿਜ਼ਕ ਕਿੰਨੇ ਲੋਕ ਕਮਾ ਕੇ ਜਾਂਦੇ ਆ ਕੋਈ ਟੈਂਟ ਵਾਲਾ ਕੋਈ ਬੈਂਡ ਵਾਜੀ ਵਾਲਾ ਅਸੀਂ DJ ਵਾਲੇ ਕੋਈ ਲਾਈਟਾਂ ਵਾਲਾ ਕੋਈ ਰੰਗ ਵਾਲਾ ਹਮ ਹੈਨਾ ਕਿੰਨੇ ਲੋਕ ਗੱਡੀਆਂ ਵਾਲੇ ਆਉਂਦੇ ਨੇ ਰਿਜ਼ਕ ਕਮਾ ਕੇ ਜਾਂਦੇ ਵੇਟਰਾਂ ਨੂੰ ਮਿਲਦਾ ਪੈਲਸ ਨੂੰ ਮਿਲਦਾ ਜੀ ਠੀਕ ਹੈ ਸਾਡਾ ਕਿਤੇ ਵੀ ਇਹ ਨਹੀਂ ਹੁੰਦਾ ਧਿਆਨ ਵੀ ਅਸੀਂ ਕੋਈ ਹੁੱਲੜ ਵਾਜੀ ਕਰੀਏ ਹਮ ਬਸ ਔਰ ਹੋਵੇ ਵੀ ਨਾ ਜਿਵੇਂ ਵਿਆਹਾਂ ਵਿੱਚ ਜਾ ਕੇ ਐਵੇਂ ਕਰੀਏ ਨਾ ਫੈਰ ਹੂੰ ਵਿਆਹਾਂ ਵਿੱਚ ਜਾ ਕੇ ਐਵੇਂ ਕਰੀਏ ਨਾ ਫੈਰ ਜੀ ਕਿਸੇ ਦੀਆਂ ਖੁਸ਼ੀਆਂ ਵਿੱਚ ਘੋਲੀਏ ਨਾ ਜ਼ਹਿਰ ਹੂੰ ਵਿਆਹਾਂ ਵਿੱਚ ਜਾ ਕੇ ਐਵੇਂ ਕਰੀਏ ਨਾ ਫੈਰ ਕਿਸੇ ਦੀਆਂ ਖੁਸ਼ੀਆਂ ਚ ਘੋਲੀਏ ਨਾ ਜ਼ਹਿਰ ਖੁਸ਼ੀ ਵਾਲੇ ਘਰ ਨੂੰ ਮਾਤਮ ਨਹੀਂ ਬਣਾਈਦਾ ਗੁਰੂ ਘਰੇ ਦੇ ਦੀ ਉੱਤੇ ਨਾਮ ਨਹੀਂ ਲਿਖਾਈਦਾ ਜੀ ਚੱਕ ਵਿੱਚ ਜੇ ਗਾਣੇ ਸੁਣ ਅਤਨੀਓ ਚੱਕੀ ਦੀ ਚੱਕ ਵਿੱਚ ਜੇ ਗਾਣੇ ਸੁਣ ਅਤਨੀਓ ਚੱਕੀ ਦੀ ਸਟੇਜ ਉੱਤੇ ਨੱਚਦੀ ਤੇ ਅੱਖ ਨਹੀਂ ਉਹ ਰੱਖੀਦੀ ਚੱਕ ਵਿੱਚ ਜੇ ਗਾਣੇ ਸੁਣ ਅਤ ਨਹੀਂ ਉਹ ਚੱਕੀ ਦੀ ਸਟੇਜ ਉੱਤੇ ਨੱਚਦੀ ਤੇ ਅੱਖ ਨਹੀਂ ਉਹ ਰੱਖੀ ਦੀ ਕਿਸੇ ਦੀ ਮਜਬੂਰੀ ਦਾ ਲਾਭ ਨਹੀਂ ਉਠਾਈ ਦਾ ਬਾਬਿਆਂ ਨੂੰ ਦੇਤਾ ਫੇਰ ਉੱਤੇ ਨਾਮ ਨਹੀਂ ਲਿਖਾਈ ਦਾ ਗੁਰੂ ਘਰੇ ਕਦੇ ਵੀ ਜਾ ਕੇ ਸਾਹਿਬ ਨਹੀਂ ਕਹਾਈਦਾ ਨੌਕਰ ਸੇਵਾਦਾਰ ਬਸ ਉਹੀ ਵਧੀਆ ਫਰ ਅਕਸਰ ਇਸ ਦਾ ਪੱਖਿਆਂ ਦੇ ਨਾਮ ਲਿਖੇ ਦੇਖੇ ਨੇ ਫੇਰ ਹੁਣ ਦੱਸਦੇ ਨੇ ਵੀ ਆ ਜਿਹੜਾ ਪੱਖਾ ਲੱਗਿਆ ਜਾਂ ਏਸੀ ਲੱਗਿਆ ਜਾਂ ਵਾਟਰ ਕੂਲਰ ਚੋਂ ਪਾਣੀ ਪੀ ਰਿਹਾ ਹੈ ਸਾਡਾ ਦਾਦਾ ਸੀ ਉਹਦੀ ਯਾਦ ਚਲਵਾਇਆ ਉੱਥੇ ਦਿੰਦੇ ਨੇ ਜਿੱਥੇ ਸਾਰੇ ਮੰਗਦੇ ਨੇ ਉੱਥੇ ਦਿੰਦੇ ਨੇ 10 ਰੁਪਏ ਪਾ ਕੇ ਜੀ ਉੱਥੇ ਦਿੰਦੇ ਨੇ ਜਿੱਥੇ ਸਾਰੇ ਮੰਗਦੇ ਨੇ ਹਮ ਇੰਨਾ ਜਾਇਨ ਹਿਲ ਚੁੱਕਿਆ ਬੰਦੇ ਦਾ ਹੁਣ ਤੁਸੀਂ ਆਪ ਦੇਖ ਲਓ ਜੀ ਉਹਨੂੰ ਦੇਣ ਜਾਂਦੇ ਨੇ ਜਿੱਥੇ ਸਾਰੇ ਮੰਗਦੇ ਨੇ ਹਮ ਉਹਨੂੰ ਕੀ ਦੇ ਦਾਂਗੇ ਆਪਾਂ ਜਿਹੜਾ ਸਬ ਦਾ ਬਾਪੂ ਹੈ ਬਿਲਕੁਲ ਬਸ ਜੀ ਅੱਛਾ ਅਕਸਰ ਆ ఆర్ਕੇਸਟਰਾਂ ਦੇ ਵੀਡੀਓ ਪਿੱਛੇ ਦੇ ਨਹੀਂ ਬਹੁਤ ਬਵਾਜ ਜਾ ਰਿਹਾ ਨਾ ਜੀ ਉਹ ਕੀ ਫਿਰ ਜਾਣ ਕੇ ਕੋਈ ਪੰਗਾ ਲਿਆ ਜਾਂਦਾ ਜਾਂ ਕੋਈ ਇਦਾਂ ਹੀ ਵਾਇਰਲ ਹੋਣ ਦੇ ਲਈ ਕਿਉਂ ਲੋਕਾਂ ਦੇ ਲਗਾਏ ਬਿਲਕੁਲ ਖੁਦਾ ਜਾਣੇ ਬਲਜਿੰਦਰ ਜੀ ਖੁਦਾ ਜਾਣਦਾ ਸੱਚ ਹੈ ਇਹ ਆ ਸਾਨੂੰ ਤਾਂ ਇਹ ਆ ਮੈਨੂੰ ਮੇਰਾ ਕੰਮ ਬੇਹੱਦ ਮੁਹੱਬਤ ਆ ਉਹਦੇ ਨਾਲ ਜੀ ਬੇਹੱਦ ਪਿਆਰੀ ਹੈ ਮੈਨੂੰ ਮੇਰੀ ਸਟੇਜ ਸੌ ਸੌ ਵਾਰ ਮੱਥਾ ਟੇਕ ਕੇ ਚੜੀ ਦਾ ਕੋਈ ਬੋਲ ਵੀ ਜਾਂਦਾ ਤਾਂ ਵੀ ਮੈਂ ਕਰਕੇ ਨਗਾ ਦੇ ਦਿੰਦਾ ਵੀ ਕੋਈ ਨਹੀਂ ਜੀ ਛੋਟੇ ਛੋਟੇ ਬੱਚੇ ਵੀ ਬੋਲ ਜਾਂਦੇ ਆ ਸਾਨੂੰ ਕਈ ਵਾਰੀ ਹੋ ਜਾਂਦਾ ਮੈਂ ਅੱਬ ਦਾ ਦੱਸਦਾ ਕਿਸੇ ਦਾ ਨਹੀਂ ਮੈਨੂੰ ਪਤਾ ਕੀ ਦੇ ਕੀ ਹੋਇਆ ਕਿਵੇਂ ਕੀ ਹੋਇਆ ਜੀ ਕਈ ਵਾਰੀ ਬੱਚਾ ਆਉਂਦਾ ਉਹ ਆ ਕੇ ਕਹਿੰਦਾ ਮੇਰਾ ਗਾਣਾ ਲਾਓ ਹਮ ਫਲੋਰ ਤੇ ਕੰਡੀਸ਼ਨ ਕੋਈ ਹੋਰ ਚੱਲਦੀ ਹੁੰਦੀ ਆ ਜੀ ਸਾਨੂੰ ਮਤਲਬ ਅਸੀਂ ਉਹਨੂੰ ਕਹਿੰਦੇ ਆਂ ਵੀ 2 ਮਿੰਟ ਖੜ੍ਹ ਜਾ 5 ਮਿੰਟ ਖੜ੍ਹ ਜਾ ਪੁੱਤ ਲਾ ਦਿੰਨੇ ਆਂ ਹੂੰ ਉਹ ਸਤੋਂ ਛੋਟਾ ਹੁੰਦਾ 10 15 ਸਾਲ 20 ਸਾਲ ਛੋਟੇ ਵੀ ਆਉਂਦੇ ਆਂ ਜੀ ਪਰ ਉਹਦਾ ਗਾਣੇ ਗਾਣਾ ਕੁਛ ਹੋਰ ਹੁੰਦਾ ਹੂੰ ਉਹ ਸਿਚੁਏਸ਼ਨ ਦੇ ਹਿਸਾਬ ਨਾਲ ਮਤਲਬ ਮਾਹੌਲ ਦੇ ਹਿਸਾਬ ਨਾਲ ਲੱਗਣ ਵਾਲਾ ਨਹੀਂ ਹੁੰਦਾ ਹੂੰ ਜਾਂ ਜਿੰਨਾ ਚਿਰ ਫੈਮਿਲੀ ਨਹੀਂ ਨੱਚਣ ਲੱਗਦੀ ਉਹਨਾ ਟਾਈਮ ਵੀ ਅਸੀਂ ਕੋਈ ਰੋਮਾਂਟਿਕ ਸੌਂਗ ਲਾਈ ਬੈਠੇ ਹੁੰਨੇ ਉਹ ਆ ਕੇ ਕਹਿੰਦਾ ਵੀ ਮੈਨੂੰ ਕੁਛ ਉਹ ਚੀਜ਼ ਸੁਣਾਓ ਜਿਹਦੇ ਨਾਲ ਮੈਂ ਪੰਪ ਕਰਾਂ ਬਾਡੀ ਮੇਰੀ ਜੀ ਠੀਕ ਆ ਜੀ ਅਸੀਂ ਵੇਟ ਕਰਨ ਨੂੰ ਕਹਿੰਦੇ ਆ 1 ਮਿੰਟ 10 ਮਿੰਟ 5 ਮਿੰਟ ਉਹ ਵੇਟ ਕਰਦਾ ਠੀਕ ਆ ਫਿਰ ਉਹ ਆਪਣੇ ਪਾਪਾ ਨੂੰ ਬੁਲਾ ਲਿਓ ਹੁੰਦਾ ਲਾਉਂਦਾ ਨਹੀਂ ਓਏ ਇੱਥੇ ਹੁੰਦੀ ਏ ਲਾਉਨੇ ਆ ਬਾਈ ਜੀ ਉਹ ਇਹ ਨਹੀਂ ਸੋਚਦਾ ਵੀ ਮੇਰਾ ਮੁੰਡਾ ਗੀਤ ਕਿਹੜਾ ਲਵਾ ਰਿਹਾ ਮੇਰੇ ਬੱਚੇ ਦਾ 15 ਸਾਲ ਉਮਰ ਆ ਜਾਂ 12 ਸਾਲ ਉਮਰ ਆ ਵੀ ਇਹਦਾ ਜ਼ਹਿਨ ਕਿੱਧਰ ਨੂੰ ਜਾ ਰਿਹਾ ਉਹ ਹੀ ਨਹੀਂ ਦੇਖਦਾ ਉਹ ਉਲਟਾ ਸਾਡੇ ਨਾਲ ਉਹਨੂੰ ਤਿਆਰ ਰਵੇਂ ਮੇਰੇ ਮੁੰਡੇ ਦਾ ਗੀਤ ਲਾ ਹੁਣੇ ਉਹ ਗੀਤ ਕਿਹੜਾ ਲਵਾ ਰਿਹਾ ਬਿਲਕੁਲ ਗੋਲੀਆਂ ਗਡਾਸੇ ਆਲਾ ਵੀ ਮੇਰਾ ਪੁੱਤ ਕੀ ਸੁਣਨ ਲੱਗ ਗਿਆ ਇਹ ਆ ਮੈਂ ਨਹੀਂ ਕਹਿੰਦਾ ਵੀ ਸਰਤਾਜ ਨੂੰ ਹੀ ਸੁਣੋ ਜਾਂ ਬਾਈ ਜੀ ਨੂੰ ਸੁਣੋ ਮੈਂ ਇਹ ਨਹੀਂ ਕਹਿੰਦਾ ਮੈਂ ਮਾੜਾ ਵੀ ਨਹੀਂ ਕਹਿੰਦਾ ਮੈਂ ਇਹ ਕਹਿ ਰਿਹਾ ਵੀ ਅ ਅਸਰ ਕੀ ਪੈ ਰਿਹਾ ਸਾਡੀ ਪਨੀਰੀ ਤੇ ਜੀ ਸ਼ਾਇਦ ਇੱਕ ਗੋਰੇ ਨੇ ਜ਼ਿਕਰ ਕੀਤਾ ਸੀ ਹਰਪਜਰਮਾਨ ਜੀ ਉਹਨਾਂ ਦਾ ਸਥਿਤ ਜ਼ਿਕਰ ਕਰਦੇ ਹੁੰਦੇ ਮੈਂ ਵੀ ਕਰ ਕਾਲ ਮਾਰਕਸ ਨਾਮ ਸੀ ਸ਼ਾਇਦ ਉਸ ਗੋਰੇ ਦਾ ਜੀ ਉਹਨਾਂ ਨੇ ਗੱਲ ਕਹੀ ਸੀ ਕਿ ਹਨ ਤੁਸੀਂ ਮੈਨੂੰ ਆਪ ਦੀ ਹੋਂਦ ਦੇ ਹਾਜ਼ਰ ਪ੍ਰੈਜ਼ੈਂਟ ਜੋ ਵੀ ਪੈ ਰਿਆ ਇਹ ਚੱਲ ਰਿਹਾ ਹਮ ਆਪ ਦੇ ਯੂਥ ਦੇ ਮੈਨੂੰ ਅੱਜ ਦੇ ਪੰਜਾਬੀ ਸੱਭਿਆਚਾਰ ਦੇ ਪੰਜ ਗੀਤ ਸੁਣਾ ਦਿਓ ਕਹਿੰਦੇ ਜੀ ਮੈਂ ਤੁਹਾਡਾ ਆਉਣ ਵਾਲਾ ਭਵਿੱਖ ਦੱਸ ਦੂੰ ਤੁਹਾਡਾ ਬਣਨਾ ਕੀ ਆ ਬਿਲਕੁਲ ਗੋਰੇ ਬੰਦੇ ਨੂੰ ਸਮਝ ਪੈ ਗਈ ਗੱਲ ਦੀ ਸਾਨੂੰ ਨਹੀਂ ਪਈ ਸਾਡਾ ਬਹੁਤ ਵੱਡਾ ਅਮੀਰ ਵਿਰਸਾ ਇਹ ਤੰਗਾਲ ਹੁੰਦਾ ਜਾ ਰਿਹਾ ਜੀ ਪਾਣੀ ਸਾਡੇ ਕੋਲ ਨਹੀਂ ਜਵਾਨੀ ਸਾਡੀ ਵਿਦੇਸ਼ਾਂ ਨੂੰ ਭੱਜ ਰਹੀ ਆ ਦਰਖਤ ਸਾਡੇ ਨਹੀਂ ਹੈ ਕੋਈ ਜੀ ਹਵਾ ਅਸੀਂ ਮੁੱਲ ਰਹਿ ਰਹੇ ਹਾਂ ਆਕਸੀਜਨ ਹਮ ਠੀਕ ਆ ਪੀਜੀਆ ਚਲੇ ਜਾਓ ਧਿਆਨੰਦ ਚਲੇ ਜਾਓ ਇੱਕ ਸਿਲੰਡਰ ਲਾ ਕੇ ਉਹ ਲੱਖਾਂ ਦਾ ਬਿੱਲ ਬਣਾ ਦਿੰਦਾ ਔਰ ਜਿਹਨੇ ਫਰੀ ਚ ਬਖਸ਼ੀ ਹੋਈ ਆ ਆਕਸੀਜਨ ਅਸੀਂ ਉਹਦੀ ਕਦਰ ਨਹੀਂ ਕਰਦੇ ਜੀ ਭਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਬਾਬੇ ਨਾਨਕ ਦੇ ਵੱਡੇ ਮਹਾਰਾਜ ਦੇ ਤਿੰਨ ਬੋਲ ਸਾਨੂੰ ਬਖਸ਼ੇ ਸੀ ਅਸੀਂ ਤਿੰਨ ਨਹੀਂ ਖਰਾਬ ਕਰਕੇ ਬਹਿ ਗਏ ਜੀ ਨਾ ਪਾਣੀ ਆ ਨਾ ਹਵਾ ਧਰਤੀ ਸਾਡੀ ਹਰ ਸਾਲ ਮੱਚਦੀ ਆ ਜਿਹੜੀ ਇਹ ਪਜਾਉ ਧਰਤੀ ਸੀ ਉੱਥੇ ਅਸੀਂ ਪੱਥਰ ਵੀਜ ਕੇ ਬਹਿ ਗਏ ਬਿਲਕੁਲ ਹੈ ਨਹੀਂ ਸਾਡੇ ਕੋਲੇ ਕੁਝ ਮੈਨੂੰ ਮੇਰੇ ਦਾਦੇ ਨੇ ਹਲਤੀ ਦਿਖਾਈ ਆ ਮੇਰੇ ਪਿੰਡ ਅੱਜ ਸੰਤਾਂ ਦਾ ਡੇਰਾ ਬਾਬਾ ਜੀ ਦਾ ਜੀ ਉੱਥੇ ਹਲਟ ਹੀ ਆ ਅੱਜ ਵੀ ਆ ਚਲਦੀ ਨਹੀਂ ਉਹ ਪਰ ਉਹਨਾਂ ਨੇ ਰੱਖੀ ਹੋਈ ਆ ਉਹ ਮੈਂ ਨਾਲਕਾ ਵੀ ਦੇਖਿਆ ਜੀ ਔਰ ਅੱਜ ਕੱਲ ਪਾਣੀ ਮੈਂ ਬੋਤਲਾਂ ਚ ਦੇਖ ਰਿਹਾ ਹਾਂ ਹਮ ਤੇ ਜਿਹੜੇ ਅੱਜ 15 ਸਾਲ 10 ਸਾਲ ਦੇ ਬੱਚੇ ਨੇ ਜਦੋਂ ਇਹਨਾਂ ਨੇ ਦਾਦਾ ਦਾਦੀ ਬਣਨਾ ਹਮ ਇਹ ਚਮਚਿਆਂ ਚ ਵੀ ਨਹੀਂ ਰਹਿਣਾ ਹਮ ਉਹ ਅਕਸਰ ਗੱਲਾਂ ਜਿਵੇਂ ਕਹਿੰਦੇ ਹੁੰਦੇ ਸੀ ਵੀ ਬੋਤਲਾਂ ਚ ਪਾਣੀ ਮਿਲਿਆ ਕਰੂਗਾ ਇਹ ਅਕਸਰ ਗੱਲਾਂ ਹੁੰਦੀਆਂ ਸੀ ਹਾਂ ਹੁਣ ਪਰਸੋ ਲੈਟ ਨਹੀਂ ਸੀ ਹਮ ਪਾਣੀ ਤੋਂ ਪਰੇਸ਼ਾਨ ਸਾਰੇ ਜੀ ਜੇ ਖੁਦ ਆ ਨਾ ਖਾਸ ਸੱਚਮੁੱਚ ਹੀ ਇਦਾਂ ਹੋ ਜਾਵੇ ਪਾਣੀ ਤੋਂ ਪਰੇਸ਼ਾਨ ਜੀ ਮੈਂ ਜਦੋਂ ਤੱਕ ਆਫ਼ਤ ਦੇ ਬੀਤਦੀ ਨੇ ਉਦੋਂ ਤੱਕ ਸਮਝ ਨਹੀਂ ਹੁੰਦੀ ਨਹੀਂ ਆਉਂਦੀ ਹਾਂ ਇਹਨੂੰ ਸੰਭਾਲੀਏ ਪਾਣੀ ਨੂੰ ਸੰਭਾਲੀਏ ਰੁੱਖਾਂ ਨੂੰ ਸੰਭਾਲੀਏ ਜ਼ਰੂਰੀ ਹੈ ਪੰਜਾਬ ਹਰਿਆ ਭਰਿਆ ਖੁਸ਼ਹਾਲੀ ਦਾ ਹਰੀਆਲੀ ਦਾ ਪ੍ਰਤੀਕ ਹੈ ਇਸ ਚੀਜ਼ ਨਾਲ ਜਾਣਿਆ ਜਾਂਦਾ ਜੀ ਠੀਕ ਆ ਹੁਣ ਸੋਕੇ ਦਾ ਪ੍ਰਤੀਕ ਬਣਦਾ ਜਾਂਦਾ ਸੁੱਕਣ ਲੱਗਿਆ ਇਹਨੂੰ ਸੰਭਾਲ ਲਈਏ ਜੀ ਬਿਲਕੁਲ ਹਾਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਪਾਣੀ ਮੁੱਕ ਚੁੱਕਿਆ ਹਾਂਜੀ ਹਾਂਜੀ ਬਿਲਕੁਲ ਜੀ ਨਹੀਂ ਲੋਕ ਯਕੀਨ ਨਹੀਂ ਕਰ ਰਹੇ ਇਹ ਗੱਲਾਂ ਦੇ ਉੱਤੇ ਹਜੇ ਵੀ ਨਹੀਂ ਕਰ ਰਹੇ ਪਰ ਉਹ ਸੱਚ ਹੀ ਦੱਸ ਰਹੇ ਨੇ ਪਾਣੀ ਮੁੱਕ ਗਿਆ ਦੋ ਵਾਰ ਤਾਂ ਡਿਲੀਵਰੀ ਅਸੀਂ ਪੁਵਾਲੀ ਸਮਰਸੀਬਲ ਦੀ ਉਹ ਕਿਉਂ ਪੈ ਰਹੀ ਆ ਕਿਉਂਕਿ ਪਾਣੀ ਡੂੰਘਾ ਹੋ ਰਿਹਾ ਜੀ ਹਾਂ ਮੁੱਕ ਰਿਹਾ ਹੈ ਮੁੱਕ ਜਾਣਾ ਇਹ ਬਿਲਕੁਲ ਪਰ ਖੁਦਾ ਕਰੇ ਨਾ ਮੁੱਕੇ ਬਚਿਆ ਰਹੇ ਸਾਡਾ ਪੰਜਾਬ ਜੀ ਰਹਿਣਾ ਨਹੀਂ ਨਹੀਂ ਇੱਥੇ ਨਵੇਂ ਬੱਚਿਆਂ ਨੇ ਜੀ ਭੱਜ ਜਾਣਗੇ ਇੱਕ ਜਦੋਂ ਜ਼ਿਆਦਾ ਗਰਮੀ ਲੱਗਦੀ ਹੈ ਨਾ ਦਰਖਤ ਤੋਂ ਜ਼ਿਆਦਾ ਆਉਂਦੇ ਨੇ ਲੋਕਾਂ ਨੂੰ ਅਸੀਂ ਕੱਲ ਪਰਸੋਂ ਬੈਠੀ ਰਹੇ ਟਾਹਣੀਆਂ ਥੱਲੇ ਜਹਜ ਜੀ ਵੀ ਸੀ ਇਹ ਹਲਕੀ ਫੁਲਕੀ ਸ਼ਾਂਤ ਰੁੱਖ ਉਦੋਂ ਹੀ ਯਾਦ ਆਉਂਦਾ ਪਰ ਉਹਨੂੰ ਸੰਭਾਲ ਕੇ ਰੱਖੀ ਹੈ ਜੀ ਜਿਵੇਂ ਅਕਸਰ ਪ੍ਰੋਗਰਾਮ ਦੇ ਉੱਤੇ ਜਾਂਦੇ ਹੋ ਨਾ ਤੁਸੀਂ ਉਹ ਤੁਸੀਂ ਗੋਲੀਆਂ ਵਾਲੀ ਗੱਲ ਕੀਤੀ ਸੀ ਵੀ ਇਹ ਗੋਲੀਆਂ ਚਲਾਉਂਦੇ ਨੇ ਕਿਹੇ ਹਥਿਆਰ ਨਾਲ ਲੈ ਕੇ ਆਉਂਦੇ ਹਾਂ ਕਦੇ ਹੋਈ ਹੈ ਘਟਨਾ ਇਦਾਂ ਹੀ ਤੁਹਾਡੇ ਨਹੀਂ ਘਟਨਾ ਤਾਂ ਨਹੀਂ ਹੋਈ ਪਰ ਉਹ ਪੈਸੇ ਘਟਨਾ ਹੋਈਆਂ ਜਿਵੇਂ ਪਿੱਛੇ ਜੇ ਮੇਰੇ ਖਿਆਲ 8-10 ਸਾਲ ਪਹਿਲਾਂ ਉਧਰ ਬਠਿੰਡੇ ਸਾਈਡ ਇੱਕ ਕੁੜੀ ਦੇ ਲੱਗੀ ਸੀ ਗੋਲੀ ਜੀ ਉਹ ਕਾਫੀ ਮਤਲਬ ਦਰਦਨਾਕ ਗੱਲ ਸੀ ਇਦਾਂ ਹੋਣਾ ਨਹੀਂ ਚਾਹੀਦਾ ਸਾਡੇ ਨਾਲ ਤਾਂ ਨਹੀਂ ਹੋਈ ਕੋਈ ਬਾਹਰ ਚਲਾਈ ਜਾਵੇ ਪੈਲਸ ਦੇ ਤਾ ਪਤਾ ਨਹੀਂ ਵੈਸੇ ਅੱਜਕੱਲ ਮੁੰਡੇ ਵਧੀਆ ਪੜੇ ਲਿਖੇ ਨੇ ਨਹੀਂ ਲਿਆਉਂਦੇ ਜੇ ਕੋਈ ਲਿਆਉਂਦਾ ਵੀ ਆਪਦੀ ਗੱਡੀ ਚ ਰੱਖ ਦਿੰਦਾ ਜੀ ਹਾਂ ਨਹੀਂ ਕਰਦੇ ਕੋਈ ਹੁੰਦਾ ਠੀਕਾ ਜੀਨੇ ਕਦੇ ਦੇਖਿਆ ਨੋਵੇ ਕੁਛ ਉਹੀ ਹੋਸ਼ਾਪਨ ਕਰਦਾ ਜਿਹਦੇ ਸਭ ਕੁਝ ਘਰੇ ਹੋਵੇ ਉਹ ਨਹੀਂ ਕਰਦਾ ਹੁੰਦਾ ਜੀ ਹਾਂ ਉਹ ਨਹੀਂ ਕਰਦਾ ਹੁੰਦਾ ਜਿਹਨੇ ਮਸਾਂ ਕਿਸਦਾ ਮੰਗ ਕੇ ਲਿਆਉਣਾ ਕਦੇ ਨੋਟ ਕਰੇ ਉਹ ਸਕੂਟਰ ਤੇ ਜੋ ਹੀ ਭਿਉਂਦਾ ਜਿਹਨੇ ਮੰਗਿਆ ਹੋਵੇ ਜੀ ਬਿਲਕੁਲ ਹਾਂ ਕਿਸੇ ਦੀ ਗੱਡੀ ਮੰਗ ਕੇ ਲੈ ਕੇ ਜਾ ਉਹੀ ਤੇਜ ਭਿਉਂਦਾ ਹੁੰਦਾ ਜਿਹਨੇ ਕਿਸੇ ਦਾ ਓਂ ਫੜ ਕੇ ਲਿਆਉਣਾ ਰਵਾਲਵਰ ਦਹੀ ਮੇ ਵਿਆਹ ਜਾਣਾ ਹੂੰ ਉਹੀ ਕਰੂਗਾ ਜੋਈ ਟੋਕੋਟ ਚੱਕ ਚੱਕ ਖੜੀ ਜਾਊਗਾ। ਹੂੰ। ਦੀਨਾ ਹੁੰਦਾ। ਜੀ। ਹਾਂ। ਮਿਲ ਜਾਂਦਾ ਇਹ ਲੈ ਲੈਂਦਾ ਹਰ ਕੋਈ ਲੈ ਲੈਂਦਾ ਪਰ ਨਹੀਂ ਹੋਣਾ ਨਹੀਂ ਚਾਹੀਦਾ। ਬਸ ਇਸ ਕਰੇ ਵਧੀਆ ਨੇ ਮੁੰਡੇ ਅੱਜ ਕੱਲ ਦੇ ਨਵੇਂ। ਇਦਾਂ ਦੇ ਕੋਈ ਨਹੀਂ ਕਰਦਾ। ਇੱਕ ਵਿਆਹ ਤੇ ਪੈਸੇ ਬਹੁਤ ਬਾਰ ਦੇਣ ਜਾ ਕੇ। ਮੀਂਹ ਪਾਉਂਦੀ। ਬਾਹਲਾ ਸੱਚ ਨਹੀਂ ਬੋਲਣਾ ਮੈਂ ਰੋਟੀ ਖਾਣੀ ਆ। ਪੁੱਤਰ ਸਾਹਿਬ ਨੇ ਕਿਹਾ ਸੀ। ਹਾਂ। ਕਹਿੰਦੇ ਜਿਆਦਾ ਸੱਚ ਨਾ ਬੋਲੀ ਥੋੜਾ ਝੂਠ ਵੀ ਬੋਲਿਆ ਕਰ। ਚਾਰ ਬੰਦੇ ਚੱਕ ਕੇ ਉੱਥੇ ਲੈ ਜਾਣ ਤੈਨੂੰ। ਜੀ। ਚਾਰ ਬੰਦੇ ਉਹ ਵੀ ਚਾਹੀਦੇ ਚੱਕਣ ਵਾਲੇ। ਨੋਟ ਬਾਰ ਦੇ ਆ ਜੀ। ਹੂੰ। ਕਈ ਸਾਤੋਂ ਫੜ ਕੇ ਵਾਰਦੇ ਆ। ਕਈ ਆਪਦੀ ਜੇਬ ਚੋਂ ਵਾਰਦੇ ਨੇ। ਕੀ ਤੁਹਾਡੇ ਤੁਹਾਡੇ ਤੋਂ ਕੀ ਕਹਿ ਕੇ ਲੱਗੇ ਜਾਂਦੇ ਨੇ? ਹੂੰ? ਤੁਹਾਡੇ ਤੋਂ ਕੀ ਕਹਿ ਕੇ ਲੱਗੇ? ਉਹ ਆਪ ਹੀ ਜਾਣਦੇ ਨੇ? ਨਹੀਂ ਨਹੀਂ ਦੱਸੋ ਆਪ ਕੋ ਜਾਣਦੇ ਨੇ ਵੀ ਕੀ ਕਹਿੰਦੇ ਹੁੰਦੇ ਨੇ। ਉਹਨਾਂ 'ਚ ਮੈਂ ਵੀ ਹੋ ਸਕਦਾ ਹਾਂ, ਹੱਦ ਕੋਈ ਤੁਸੀਂ ਵੀ ਹੋ ਸਕਦਾ ਹੋਰ ਕੀ ਹੋਵੇ। ਇਹ ਇਹ ਇਹਦੇ ਵਿੱਚ ਇਹ ਗੱਲ ਆ ਬੇਜਿੰਦਰ ਜੀ। ਕਈ ਹੁਣ ਬੰਦੇ ਆਉਂਦੇ ਨੇ। ਉਹ ਆ ਕੇ ਸਾਨੂੰ ਪਹਿਲਾਂ ਫੜਾ ਦਿੰਦੇ ਨੇ। ਜਿਵੇਂ ਅਸੀਂ ਦੋ ਜਾਣੇ ਆ। ਹੂੰ। ਚਾਹੇ ਅਸੀਂ ਮੁੰਡੇ ਦੇ ਫਰੈਂਡ ਆਂ, ਜਾਂ ਆਂਡੀ ਗਮਾਂਡੀ ਆਂ ਜਾਂ ਕੋਈ ਰਿਸ਼ਤੇਦਾਰ ਆਂ ਭੈਣ ਭਰਾ, ਕਿ ਅਸੀਂ ਦੋ ਮੈਂਬਰ ਆਂ ਤੇ ਆਹ ਲਓ ਜੀ 5000 ਰੁਪਈਆ। ਸਾਨੂੰ ਦੇ ਦਿਓ ਕਾਪੀ ਦੇਖ ਕੇ ਦੋ ਚਾਰ ਬੈਰ ਦੇ ਦਿਓ ਇਹ ਕੰਪਰੋਮਾਈਜ਼ ਹੋ ਗਿਆ ਇੱਕ ਹਾਂ ਕੁਝ ਦੇਤਾ ਗਏ ਨਾ ਜੀ ਹੁਣ ਇੱਕ ਦੂਜੇ ਲੋਟੀ ਰਹਿੰਦੇ ਨੇ ਹਾਂ ਆ ਦਹੀਂ ਇੱਥੇ ਹੀ ਸਿੱਟ ਦੇਣੇ ਨੇ ਉਹ ਬੰਦੇ ਇਸ ਚੀਜ਼ ਦਾ ਵੀ ਆਸਾਨ ਕਰਦੇ ਆ ਸਾਡੇ ਤੇ ਠੀਕ ਹੈ ਨਾ ਛੋਟੇ ਛੋਟੇ ਬੱਚਿਆਂ ਦਾ ਨਾ ਹੱਥਾਂ ਤੇ ਬੂਟਾਂ ਦੇ ਨਿਸ਼ਾਨ ਪੈ ਜਾਂਦੇ ਨੇ ਹਾਂ ਸੋਚਣਾ ਚਾਹੀਦਾ ਹਰ ਕੰਮ ਹਰ ਬੰਦਾ ਰਿਸਕ ਕਮਾਉਣ ਨੂੰ ਨਿਕਲਿਆ ਹੋਇਆ ਹਾਂ ਹਾਂ ਕਈ ਸਮਝਦਾਰ ਨੇ ਬੰਦੇ ਉਹ ਦੇਖ ਕੇ ਜਾਂਦੇ ਨੇ ਵੀ ਆ ਫੜੋ 5000 10000 2000 ਕੁਝ ਵੀ ਜੀ ਵਿਆਹ ਰੱਖ ਵੀਰੇ ਅਸੀਂ ਉਦੋਂ ਲੰਮਾਂਗੇ ਜੋ ਜੋੜੀ ਨੱਚੂ ਇੱਧਰ ਨਹੀਂ ਸਿੱਟਦੇ ਉਧਰ ਨਹੀਂ ਸਿੱਟਦੇ ਜੇਬ 'ਚ ਵੀ ਨਹੀਂ ਪਾਉਂਦੇ ਕਈ ਜੇਬ 'ਚ ਪਾ ਕੇ ਲੈ ਜਾਂਦੇ ਨੇ ਮੱਚ ਲੈ ਜਾਂਦੇ ਨੇ ਵਿਆਹ ਵੀ ਦੇਖਾਂ ਵਿਆਹ ਵੀ ਦੇਖਦੇ ਨੇ ਦਿਹਾੜੀ ਵੀ ਬਣਾ ਕੇ ਲੈ ਜਾਂਦੇ ਨੇ ਹੂੰ ਥੋੜੇ ਤੇ ਪੈਸੇ ਮੰਗਣਿਆ ਵੀ ਹਾਂ ਦੇਈ ਸੱਟਣਿਆ ਕੋਈ 500 ਦੇ ਕੇ 1000 ਮੰਗਦੇ ਵੀ ਇੱਥੀ ਸੱਟ ਦੇਣਿਆ ਹਾਂ ਠੀਕ ਹੈ ਸਾਨੂੰ ਵੀ ਨੀਡ ਹੁੰਦੀ ਹੈ ਵੀ ਚੱਲ ਕੋਈ ਨਹੀਂ ਸਿੱਟਦੇ ਉਹ 5-4 ਨੋਟ ਸੱਟ ਕੇ 100-200 ਸੱਟ ਕੇ ਬਾਕੀ ਜੇਬ 'ਚ ਚਲਿਆ ਜਾ ਹੁਣ ਕੀ ਦਾ ਮਗਰ ਜਾ ਕੇ ਪਿੱਛਾ ਕਰੇਗਾ ਕਿਉਂਕਿ ਇਸ ਨੌਕਰਾਂ ਬੋਲ ਨਹੀਂ ਸਕਦੇ ਜੀ ਹਾਂ ਬਈ ਬੰਦੇ ਨੂੰ ਆਪ ਹੀ ਚਾਹੀਦਾ ਵੀ ਮੇਰੇ ਕੋਟ ਪੈਂਟ ਪਾਇਆ ਹੋਇਆ ਯਾਰ ਮੈਂ ਡਿਸਪਲਿਨ ਚ ਰਮਾ ਸੱਟ ਲੈ ਤੂੰ ਹਮ ਹਵਾ ਖੋਰੀ ਨਹੀਂ ਬਿਲਕੁਲ ਹਾਂ ਹਵਾ ਕਰਨ ਵੱਧ ਆਉਂਦੀ ਨੇ ਬਾਕੀ ਮੁਕਤ ਦਾ ਰਾਸ਼ਨ ਜੀ ਮੁਕਤ ਦੀ ਸ਼ਰਾਬ ਕਿਸੇ ਕਿਸੇ ਨੂੰ ਹਜਮ ਆਉਂਦੀ ਹੈ ਜੀ ਹਾਂ ਵਧੀਆ ਬੰਦਾ ਨਹੀਂ ਇਹ ਹਰਕਤਾਂ ਕਰਦਾ ਹੁੰਦਾ ਪਤਾ ਉਹਨਾਂ ਨੂੰ ਵੀ ਸਾਡੇ ਵਰਗੇ ਨੇ ਤੁਸੀਂ ਨੋਟ ਕਰਿਓ ਹੁਣ ਸਰਦੀ ਸ਼ੁਰੂ ਹੋ ਜਾਣੀ ਆ ਜੀ ਛੋਟੇ ਛੋਟੇ ਬੱਚੇ ਉੱਤੇ ਬੈਠੇ ਹੁੰਦੇ ਨੇ ਛੋਟੇ ਹਾਥੀਆਂ ਦੇ ਟੈਂਪੂਆਂ ਦੇ ਕਿ ਮੇਰੇ ਕਰੇ ਵੜਦੇ ਨੇ ਉਹ ਇਹ ਸਾਡੀ ਗੱਲ ਨਹੀਂ ਤੁਸੀਂ ਟੈਂਟ ਵਾਲਿਆਂ ਨੂੰ ਦੇਖਿਓ ਕੱਲੇ ਨੋਟ ਕਰਿਓ ਰਾਤ ਨੂੰ 2 ਵਜੇ ਗੇ ਅੱਧੇ ਉਦੋਂ ਆਉਂਦੇ ਨੇ ਹਲੋ ਖਾਣਾ ਗਰਮ ਹੂੰ ਠੰਡਾ ਹੈ ਤੈਨੂੰ ਪਤਾ ਨਹੀਂ ਤੇਰਾ ਪਿਓ ਇੱਧਰ ਬੈਠਾ ਐਹ ਜੀ ਵੀ ਜ਼ੁਬਾਨ ਸੁਣੀ ਹੋਈ ਆ ਬੰਦਿਆਂ ਦੀ ਬਿਲਕੁਲ ਐਹ ਜੀ ਵੀ ਜ਼ੁਬਾਨ ਸੁਣੀ ਆ ਇੱਧਰ ਬੈਠਾ ਤੇਰਾ ਬਾਪ ਰੋਟੀ ਗਰਮ ਲਿਆ ਜੀ ਹਾਂ ਐਹ ਜੀ ਵੀ ਦੇਖੇ ਨੇ ਉਹ ਹੁਣ ਕਦੋਂ ਵਿਚਾਰੇ ਜਾਣਗੇ ਧੁੰਦ ਪਈ ਆ ਇੱਕ ਬੈਠਾ ਭਾਂਡੇ ਧੋ ਰਿਹਾ ਇਹ ਤਾਂ ਇਨਸਾਨ ਆ ਨਾ ਹਾਂ ਸਾਡੇ ਅੰਦਰੋਂ ਦਰਦ ਮੁੱਕ ਚੁੱਕਿਆ ਹੈ ਕਿਸੇ ਨੂੰ ਬੰਦਾ ਸਮਝਣਾ ਹੀ ਹਟ ਗਏ ਸੀ ਹਮ ਠੀਕ ਆ ਇਹ ਤਾਂ ਫੁੱਦੂ ਆ ਮੈਂ ਆ ਜੋ ਆ ਮੈਂ ਆ ਬਸ ਈਗੋ ਤਕਬਰ ਦਾ ਮਾਰਿਆ ਪਿਆ ਸ਼ਖਸ਼ ਜੀ ਹਾਂ ਇਸ ਲਈ ਹਰ ਇੱਕ ਨੂੰ ਸਮਝੋ ਵੀ ਇਹ ਬੰਦਾ ਯਾਰ ਖੁਦਾ ਦਾ ਬੰਦਾ ਉਹੀ ਸਮਝ ਲਓ ਬੰਦਾ ਹੈ ਖੁਦਾ ਦਾ ਬੰਦਾ ਨਾ ਸਮਝੋ ਬੰਦਾ ਹੈ ਜੀ ਕੰਮ ਲਈ ਆਇਆ ਬਸ ਬਿਲਕੁਲ ਹਾਂ ਅੱਛਾ ਰੋਟੀ ਪਾਣੀ ਹੁੰਦਾ ਨਾਲ ਤੁਹਾਡੇ ਜਿਵੇਂ ਕਈ ਹਾਂ ਕਈ ਸਮੇਂ ਚੱਕਰ ਪੈ ਜਾਂਦਾ ਹੈ ਪਰ ਮੈਨੂੰ ਨਹੀਂ ਕਿਸੇ ਨੇ ਰੋਕਿਆ ਰੱਬ ਦੀ ਸੌਣ ਸਾਰੇ ਬੌਂਸਰ ਵੀ ਆੜੀ ਨੇ ਪਿਛਲੇ 13 14 ਸਾਲਾਂ ਤੋਂ ਕੰਮ ਕਰਦੇ ਉਹਨੂੰ ਤਾਂ ਬੌਂਸਰ ਵੀ ਨਹੀਂ ਹੁੰਦੇ ਸੀ ਹੈਨਾ ਹੁਣ ਪੈਲਸ ਵੱਡੇ ਹੋ ਗਏ ਚਲੋ ਖਾਣਾ ਖਰਾਬ ਵੀ ਕਰਦੇ ਨੇ ਸਾਡਾ ਮਹਿਕਮਾ ਵੀ ਕਰਦਾ ਇਹ ਵੀ ਗੱਲ ਆ ਮੈਂ ਸਾਨੂੰ ਰੋਕਦੇ ਵੀ ਨੇ ਵੀ ਤੁਹਾਡਾ ਖਾਣਾ ਸਾਈਡ ਤੇ ਲੱਗਿਆ ਹੋਇਆ ਜਾਂ ਬਾਅਦ ਚ ਖਾ ਲਿਓ ਯਾਰ ਜਾਂ ਸੌਰੀ ਅੰਦਰ ਪਲੇਟ ਸਿਸਟਮ ਆ ਠੀਕ ਆ ਪਰ ਸਾਡਾ ਮਹਿਕਮਾ ਵੀ ਖਾਣਾ ਕਾਫੀ ਖਰਾਬ ਕਰ ਦਿੰਦਾ ਜੀ ਹਾਂ ਨਹੀਂ ਪਤਾ ਉਹ ਖਾਣਾ ਨਹੀਂ ਮੈਂ ਤਾਂ ਖਾਣਾ ਨਹੀਂ ਉਹ ਪਲੇਟ ਸਵੇਰ ਦੀ ਭਰੀ ਆ ਪਈ ਵੀਰ ਭਰੀ ਵੀ ਰਹਿ ਜਾਂਦੀ ਆ ਇੱਕ ਫੋਟੋਗ੍ਰਾਫਰ ਵੀਰ ਮਿਲਿਆ ਸੀ ਉਹ ਕਹਿੰਦਾ ਵੀ ਕਈ ਵਾਰ ਸਾਨੂੰ ਰੋਕ ਦਿੰਦੇ ਨੇ ਵੀ ਤੁਹਾਡੇ ਤਾਂ ਹਈ ਹੋਏ ਨਹੀਂ ਇੱਥੇ ਖਾਣਾ ਤੁਹਾਡਾ ਇਦਾਂ ਇਦਾਂ ਹੋ ਜਾਂਦਾ ਜੀ ਹੋ ਜਾਂਦਾ ਵੱਡੇ ਵੱਡੇ ਪੈਲਸਾਂ 'ਚ ਇਦਾਂ ਹੋ ਜਾਂਦਾ ਸਾਡੇ ਸਾਨੂੰ ਵੀ ਹੁੰਦਾ ਹੁਣ ਕਈ ਸਾਡੇ ਵਧੀਆ ਮਤਲਬ ਮੁੰਡੇ ਕੁੜੀਆਂ ਨੇ ਉਹ ਆਪ ਦਾ ਘਰੋਂ ਲੰਚ ਬਾਕਸ ਲੈ ਕੇ ਹੁੰਦੇ ਨੇ ਠੀਕ ਹੈ ਜੀ ਹਾਂ ਹੁਣ ਮੈਂ ਮੈਂ ਵੀ ਪੈਲਸ 'ਚ ਬਹੁਤ ਰੇਅਰ ਆ ਘੱਟ ਖਾਣਾ ਕਿਉਂਕਿ ਇੱਕ ਤਾਂ ਜਾਦੇ ਮਸਾਲਿਆਂ ਵਾਲਾ ਹੁੰਦਾ ਇੱਕ ਆ ਪਲੇਟ ਸਿਸਟਮ ਵਾਲਾ ਵੀ ਇਸ ਤੋਂ ਪਹਿਲਾਂ ਕੋਈ ਕਹਿ ਦੇਵੇ ਉਸ ਤੋਂ بس صبح ਖਾਦਾ ਹਾਂ ਖਾਦਾ ਹੀ ਨਹੀਂ ਜਾਂਦਾ ਮੇਰੇ ਤੋਂ ਤਾਂ ਖਾਦਾ ਨਹੀਂ ਜਾਂਦਾ ਪੈਲਸਾਂ ਪੂਲਸਾਂ ਦਾ ਬਹੁਤ ਘੱਟ ਆ اچھا ਇੱਕ ਥੋੜੇ ਉਹ ਵੜੀਆਂ ਹਾਸੇ ਮਜ਼ਾ ਆਗੇ ਜੋ ਵਾਇਰਲ ਕੀਤੀ ਹੋਈ ਹੈ ਕਹਿੰਦੇ ਵੀ ਵਾਹ ਜੀ ਵਾਹ ਉਹ ਥੋੜਾ ਟਰੈਕਟਰ ਜਿਹਾ ਬਣਾਇਆ ਹੋਇਆ ਸੀਗਾ ਤੁਹਾਡਾ ਇੱਕ ਮੈਂ ਇੱਕ ਕਿਸੇ ਨਹੀਂ 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 ਇੱਕ ਵੀਡੀਓ ਵਾਇਰਲ ਹੋਈ ਉਹ ਰੌਂਗ ਆ ਮੈਂ ਲਾਇਆ ਸੀ ਫੋਨ ਉਹਨਾਂ ਦਾ ਲੋ ਹੈ ਮੇਰੇ ਖਿਆਲ ਟੋਕਰਾਂ ਟੀਵੀ ਕ ਟੜਕਾ ਟੀਵੀ ਐਵੇਂ ਜਿਹੇ ਕੁਛ ਹਾਂ ਹਾਂ ਹੈਨਾ ਵੀਰੇ ਦਾ ਨਾਮ ਹਰਪ੍ਰੀਤ ਪਤੰਗੀ ਹਰਜੀਤ ਇਹ ਜਨਾਮਾ ਇੱਕ ਪਾਗਲ ਦੋਨੇ ਪਾਗਲੇ ਵੀਰੇ ਨੇ ਉਹ ਕਮੇਡੀ ਨੇ ਬੰਦੇ ਮੈਂ ਕਰੀ ਸੀ ਗੱਲ ਉਹਨਾਂ ਨਾਲ ਕੀ ਗੱਲ ਕੀਤੀ ਉਹਨਾਂ ਨਾਲ ਵੀ ਬਾਈ ਜੀ ਇਹ ਕੀ ਤਰੀਕਾ ਬਾਜੀ ਬਾ ਹੂੰ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਤੋਂ ਸੋਹਣੀ ਹੂੰ ਕਹ ਮੈਨੂੰ ਦੱਸਿਆ ਮੈਂ ਕਹਿੰਦਾ ਉੱਥੇ ਕੰਮ ਕਰਦਾ ਹੁਣ ਨਾ ਜੀ ਉਹ ਵਧੀਆ ਨੇ ਬੰਦੇ ਮਿਊਜ਼ਿਕਲ ਬੰਦੇ ਨੇ ਨੌ ਬਹੁਤ ਨੌਲੇਜ ਆ ਉਹਨਾਂ ਨੂੰ ਉਹ ਵੀ ਸਾਮੇਦਾਰ ਨੇ ਤੇ ਮੈਂ ਕਹਿੰਦਾ ਇਹ ਵਧੀਆ ਨਹੀਂ ਲੱਗੀ ਕਿਸੇ ਦੀ ਖਿੱਲੀ ੜਾਉਣੀ ਅੱਜ ਸਵੇਰੇ ਗੁਰਪ੍ਰੀਤ ਖੁੱਗੀ ਸਾਹਿਬ ਦੀ ਗੱਲ ਸੁਣੀ ਜੀ ਠੀਕ ਹੈ ਤੇ ਉਹਨਾਂ ਦੀ ਵੀ ਇਦਾਂ ਹੀ ਕੁਝ ਚੱਲ ਰਹੀ ਸੀ ਕਰੀਲ ਜੀ ਹੂੰ ਉਹ ਕਹਿੰਦੇ ਵੀ ਤੁਸੀਂ ਬੜੀ ਸੋਚ ਸਮਝ ਕੇ ਕਮੇਡੀ ਕਰਦੇ ਹੋ ਜੀ ਤੁਹਾਡੇ ਵਾਂਗੂ ਪ੍ਰੈਸ ਵਾਲਾ ਵੀ ਪੁੱਛ ਰਿਹਾ ਸੀ ਉਹਨਾਂ ਨੂੰ ਕਹਿੰਦੇ ਜੀ ਮੇਰੇ ਧਿਆਨ ਚ ਰਹਿੰਦਾ ਹੈ ਖੁੱਗੀ ਸਾਹਿਬ ਕਹਿੰਦੇ ਹੂੰ ਵੀ ਜੇ ਮੈਂ 100 ਬੰਦੇ ਨੂੰ ਹਸਾਉਣਾ ਤਾਂ ਇੱਕ ਨਹੀਂ ਹੱਸ ਰਿਹਾ ਨਹੀਂ ਹੱਸ ਰਿਹਾ ਜੁਦਾ ਗੱਲ ਆ ਪਰ ਮੇਰੇ ਸ਼ਬਦਾਂ ਨਾਲ ਮੇਰੀਆਂ ਗੱਲਾਂ ਨਾਲ ਉਹਦਾ ਦਿਲ ਵੀ ਨਾ ਦੁਖੀ ਹੋ ਜਾਏ ਹੂੰ ਬੀਐਸਸੀ ਦਾ ਮੈਂ ਪਹਿਲਾਂ ਤੋਂ ਧਿਆਨ ਰੱਖਿਆ ਵੀ ਬੜੀ ਸੁਚੱਜੀ ਜੀ ਕਮੇਡੀ ਰੱਖਾਂ ਕਿਸੇ ਦਾ ਦਿਲ ਨਾ ਦੁਖੀ ਹੋਵੇ ਜੀ ਹਾਂ ਇਸ ਲਈ ਬੜੀ ਸੋਚ ਸਮਝ ਕੇ ਹੁਣ ਆ ਗੱਲ ਰੋਂਗ ਆ ਕਈ ਵਾਰੀ ਸੀ ਸਟੇਜ ਤੇ ਚੜਦੇ ਆ ਤਾਂ ਥੱਲੇ ਬੈਠੇ ਹੁੰਦੇ ਨੇ ਮੁੰਡੇ ਠੀਕ ਆ ਮੇਰੇ ਤੋਂ ਛੋਟੇ ਬਾਜੀ ਬਾ ਉਹ ਚੜਨ ਸਾਰੇ ਲਫਜ਼ ਬੋਲ ਦਿੰਦੇ ਆ ਪੇਨ ਹੁੰਦੀ ਆ ਹਾਲਾਂਕਿ ਮੈਂ ਇਦਾਂ ਕੰਮ ਨਹੀਂ ਕਰਦਾ ਮੈਂ ਸਟੱਡੀ ਕੀਤੀ ਆ ਮੈਂ ਪੜਦਾ ਜੀ ਠੀਕ ਹੈ ਮੇਰੇ ਅੱਖਾਂ ਕਾਲੀਆਂ ਹੋਈਆਂ ਪਈਆਂ ਮੈਂ ਪੜਦਾ ਮੈਨੂੰ ਪਿਛਲੇ 7 8 10 ਸਾਲ ਤੋਂ ਤੋਂ ਮੈਂ ਦਰਾਹੇ ਭੰਗੜਾ ਕੱਪ ਟੈਗੋਰ ਥੀਟਰ ਮੈਂ ਜਾਇਆ ਆ ਸ਼ਾਇਦ ਹੀ ਮੇਰੀ ਲਾਈਨ ਚੋਂ ਕੋਈ ਬੰਦਾ ਗਿਆ ਹੋਵੇ ਸ਼ਾਇਦ ਪੁਰਾਣਾ ਟੈਗੋਰ ਥੀਟਰ ਮੈਂ ਦੋ ਵਾਰ ਕੰਮ ਕਰਕੇ ਆਇਆ ਰੰਗਲੀ ਬਸਾਖੀ ਦਿੱਲੀ ਦੇ ਵਿੱਚ ਭੰਗੜਾ ਇਵੈਂਟ ਕਰਕੇ ਆਇਆ ਗੁਰੂ ਨਾਨਕ ਭਵਨ ਆਪਣੇ ਲੁਧਿਆਣੇ ਚ ਪਤਾ ਨਹੀਂ ਕਿੰਨੀਆਂ ਇੱਕ ਸਟੇਜਾਂ ਕਰਤੀਆਂ ਲਵਲੀ ਦੇ ਵਿੱਚੋਂ ਇਨਾਮ ਜਿੱਤ ਕੇ ਲਿਆ ਆ ਲਵਲੀ ਫਗਵਾੜੇ ਉੱਥੇ ਕਰਕੇ ਆਇਆ ਸਰਬਜੀ ਚੀਮਾ ਜੀ ਨੇ ਬਹੁਤ ਮੁਹੱਬਤ ਕੀਤੀ ਮੈਨੂੰ ਪਿਆਰ ਕੀਤਾ ਕਹਿੰਦੇ ਸ਼ੁਕਰਾ ਕੋਈ ਦਿਸਿਆ ਬੰਦਾ ਪੜ੍ਹੀ ਲਿਖੀ ਗੱਲ ਕਰਨ ਵਾਲਾ ਏਦਾਂ ਜਲੰਧਰ ਮੈਂ ਨਕਉਦਰ ਭੰਗੜਾ ਕੱਪ ਹੋਇਆ ਉੱਥੇ ਕਰਕੇ ਆਇਆ ਮੈਂ ਉਹਨੂੰ ਕਹੀ ਗੱਲ ਮੈਂ ਕਿਹਾ ਤੁਸੀਂ ਇਹੀ ਦੇਖੇ ਨੇ ਫਿਰ ਬਾਜੀ ਵਾਲੇ ਜੀ ਠੀਕ ਹੈ ਨਾ ਪੈਸੇ ਮੰਗਣ ਵਾਲੇ ਹਮ ਕੰਮ ਵਾਲੇ ਨਹੀਂ ਦੇਖੇ ਤੁਸੀਂ ਬਿਲਕੁਲ ਹਾਂ ਐਂਕਰ ਦਾ ਕੰਮ ਪੈਸੇ ਮੰਗਣਾ ਨਹੀਂ ਹੈ ਕਰਦੇ ਹੋਣਗੇ ਕੋਈ ਕਰਦਾ ਹੋਊ ਮੈਂ ਨਹੀਂ ਕੀਤਾ ਕਰਦੇ ਨੇ ਕਈ ਕਰਦੇ ਹੋਣਗੇ ਮੈਨੂੰ ਪਤਾ ਐਂਕਰ ਦਾ ਕੰਮ ਹੁੰਦਾ ਸਟੇਜ ਨੂੰ ਖੂਬਸੂਰਤ ਬਣਾਉਣਾ ਜਿਵੇਂ ਇੱਕ ਹੋਸਟ ਕਰਨਾ ਪ੍ਰੋਗਰਾਮ ਬਸ ਅੱਛਾ ਕਦੇ ਇਦਾਂ ਦਾ ਪ੍ਰੋਗਰਾਮ ਹੋਇਆ ਵੀ ਅੱਖਾਂ ਭਰ ਗਈਆਂ ਹੁਣ ਸਾਰਿਆਂ ਦੀਆਂ ਕੁਝ ਹਾਂ ਮਾਹੌਲ ਬਣ ਗਿਆ ਹੋਇਆ ਹੋਇਆ ਸਾਡੇ ਨਾਲ ਇੱਕ ਕੰਮ ਕਈ ਵਾਰ ਹੋਇਆ ਮੈਂ ਇੱਕ ਵਾਰ ਧੂਰੀ ਕੰਮ ਕਰ ਰਿਹਾ ਸੀ ਉੱਥੇ ਇੱਕ 올ਡ ਬੀਬੀ ਆਈ ਹੂੰ ਤੇ ਮੈਂ ਕੁਝ ਗਾ ਰਿਹਾ ਸੀ ਬੈਠਾ ਧੂਰੀਵਾਲ ਦੀ ਸਟੇਜ ਆ ਇਹ ਜੀ 올ਡ ਸੀ ਉਹ ਬੀਬੀ 60 70 ਸਾਲ ਦੇ ਨੇੜੇ ਤੇ ਉਹਨੇ ਆ ਕੇ ਮੇਰੇ ਮਿੱਥੋਂ ਮਤਲਬ ਮੇਰੇ ਪਿੱਥੋਂ ਮੈਨੂੰ ਫੜਿਆ ਕਹਿੰਦੀ ਤੂੰ ਕੌਣ ਆ ਹੂੰ ਕਿੱਥੋਂ ਦਾ ਠੀਕ ਆ ਉਹਦੀਆਂ ਅੱਖਾਂ ਭਰੀਆਂ ਹੋਈਆਂ ਸੀਗੀਆਂ ਤੇ ਮੈਂ ਉਹਨੂੰ ਜਵਾਬ ਦਿੱਤਾ ਮੈਂ ਮਾਤਾ ਹੁਣ ਤਾਂ ਮੈਂ ਕਿਤੋਂ ਦਾਵੀ ਨਹੀਂ ਹੂੰ ਇਹ ਜੇ ਇੱਕ ਵਾਰ ਸਟੇਜ ਕਰ ਰਹੇ ਸੀਗੇ ਇੱਥੇ ਆਲਮਗੀਰ ਸਾਹਿਬ ਦੇ ਨੇੜੇ ਇੱਕ ਪੈਲਸ ਜੀ ਕੇ ਪਤਾ ਨਹੀਂ ਜੇ ਕੇ ਜੀ ਉਹਦੇ ਵਿੱਚ ਸੀ ਉਹ ਤੇ ਆ ਧੀਆ ਵਾਲੀ ਗੱਲ ਜਿਹੜੀ ਤੁਸੀਂ ਬੋਲੀ ਐ ਉਹ ਬੰਦਾ ਬੜਾ ਭਾਵੁਕ ਹੋਇਆ ਰੋਣ ਲੱਗ ਗਿਆ ਕਿ ਮੈਨੂੰ ਜੱਫੀ ਪਾਈ ਉਹਨੇ ਸਟੇਜ ਤੇ ਮੇਰਾ ਫੋਟੋ ਕਰਾਈ ਮੈਂ ਕਿਹਾ ਸ਼ੁ크ਰਾ ਇਹ ਕਮਾਈ ਆ ਮੇਰੀ ਬਸ ਜੀ ਕਹਿੰਦਾ ਯਾਰ ਇੱਥੇ ਇੱਥੇ ਮਾਰਦਾ ਛੱਡ ਕੁਝ سناਓ ਸਾਡੇ ਦਰਸ਼ਕਾਂ ਨੂੰ ਕੁਛ ਕੀ ਸੁਣਨਾ ਦੱਸੋ ਜੋ ਤੁਹਾਡੇ ਦਿਲ ਦੇ ਨੇੜੇ ਆ ਮੇਰੇ ਦਿਲ ਦੇ ਨੇੜੇ ਮੇਰੇ ਦਿਲ ਦੇ ਨੇੜੇ ਸਾਰੇ ਹੀ ਨੇ ਸਾਰਾ ਕੁਝ ਹੀ ਆ ਜੋ ਹੁਣ ਆ ਰਿਹਾ ਵੀ ਹਾਂ ਯਾਰ ਆ ਚੀਜ਼ ਹੋਣੀ ਚਾਹੀਦੀ ਹੈ ਮਾਹੌਲ ਦੇ ਸਾਹ ਨਾਲ ਹੁਣ ਤਾਂ ਮੈਂ ਵੀ ਕੁਝ ਹੋਰ ਲਿਖਣ ਲੱਗ ਗਿਆ ਕਿਉਂ ਮੈਂ ਰੋਟੀ ਖਾਣੀ ਆ ਪਹਿਲਾਂ ਕੀ ਲਿਖਦੇ ਸੀ ਪਹਿਲਾਂ ਕੀ ਲਿਖੇ ਪਹਿਲਾਂ ਹੀਰ ਲਿਖੀ ਹਮ ਆਪ ਹੀ ਲਿਖੀ 2015 ਚ ਜੀ ਤੇ ਆਪ ਹੀ ਗਾਈ ਹਮ ਤੁਸੀਂ ਯਕੀਨ ਮੰਨੋ ਹੁਣ ਪਿੱਛੇ ਜੇ ਅਸੀਂ 20 ਦਿਨ ਪਹਿਲਾਂ ਘਰ ਨੂੰ ਸਾਫ ਸਫਾਈ ਕੀਤਾ ਉਹ ਜਿਹਨੂੰ ਸ਼ਾਇਦ ਪੇਟੀ ਵੜ ਕਹਿੰਦੇ ਆ ਆਪਾਂ ਹਾਂ ਉਹਦੇ ਵਿੱਚੋਂ ਕੱਡੇ ਵਾਂ ਪੋਸਟਰ ਨਹਿਰ ਚ ਤਾਰ ਕੇ ਆ ਮੇਰਾ ਦਿਲ ਰੋਇਆ ਬਹੁਤ ਗਾਣੇ ਤੇ ਗਾਣੇ ਤੇ ਆਪਦੇ ਆਪ ਤੇ ਜੇ ਸੁਣਨ ਵਾਲਿਆਂ ਤੇ ਵੀ ਮੈਹਜਾ ਕੀ ਗਾਤਾ ਯਾਰ ਪੋਸਟਰ ਪੈ ਸੀ ਮੈਂ ਨਹਿਰ ਚ ਤਾਰ ਕੇ ਆ ਮੇਰੇ ਪਿੰਡ ਦੇ ਨੇੜੇ ਨਹਿਰ ਦਾ ਪੁਲਾ ਜੀ ਹਾਂ ਸੁਣਦੇ ਨਹੀਂਗੇ ਮੈਂ ਗੁਰਪਰਵ ਵੇਲੇ ਗੱਲ ਗਈ ਸੀ ਬਸ ਉਸ ਤੋਂ ਵੱਧ ਕੇ ਤਾਂ ਕੁਝ ਨਹੀਂ ਉਹਨਾਂ ਦਾ ਜ਼ਿਕਰ ਸੁਣਾ ਦਿੰਨਾ ਜ਼ਰੂਰ ਤੂ ਸਬ ਦਾ ਸਾਂਝਾ ਹੈ ਨਾਨਕ ਪੀਰ ਤੇਰੀ ਕਿਰਪਾ ਦੇ ਨਾਲ ਬਦਲੀ ਤਕਦੀਰ ਤੇਰੀ ਬਾਣੀ ਪੜ ਕੇ ਸਤਿਗੁਰ ਤੇਰੀ ਬਾਣੀ ਪੜ ਕੇ ਸਤਿਗੁਰ ਪਬ ਸਗਰ ਨਾ ਡੋਲਾ ਮੈਂ ਨਾਨਕ ਦਾ ਮਰਦਾਨਾ ਹਾਂ ਨਾਨਕ ਨਾਨਕ ਬੋਲਾ ਮੈਂ ਨਾਨਕ ਦਾ ਮਰਦਾਨਾ ਹਾਂ ਨਾਨਕ ਨਾਨਕ ਬੋਲਾ ਆ ਚੀਜ਼ ਸੀ ਕੀ ਮਾਰਾ ਇਹਦੇ ਵਿੱਚ ਕਿੰਨੇ ਲੋਕ ਨੇ ਸੁਣੀ 1400 ਵਿਊ ਨੇ ਜੁਰਮ ਉਤੇ ਕੱਟ ਕੇ ਦੇਖੋ ਗਾਣੇ ਦਾ ਨਾਮ ਆ ਮੈਂ ਨਾਨਕ ਦਾ ਮਰਦਾਨਾ ਅਵੀ ਰਾਜ ਲਿਖਿਆ ਹੋਇਆ 1400 ਆ ਹੁਣ ਕੁਝ ਵਧਿਆ ਘਟਿਆ ਬਈ ਤਾਂ ਮੈਨੂੰ ਪਤਾ ਨਹੀਂ ਹੂੰ ਦੇ ਦੇ ਜਦੋਂ ਲੈਣਾ ਇਹ ਨੇ ਤਾਂ ਅੱਗੇ ਵੀ ਇਹੀ ਚੀਜ਼ ਹੋਊਗੀ ਨਾਨਕ ਸਾਹਿਬ ਦੀ ਬਾਤ ਆ ਤੇ ਨਾ ਤੇ ਬਾਬਾ ਮਰਦਾਨਾ ਜੀ ਦਾ ਜ਼ਿਕਰ ਆ ਭਾਈ ਮਰਦਾਨਾ ਜੀ ਦਾ ਜੀ ਵੀ ਮੈਂ ਹਰ ਸਾਹ ਨਾਲ ਨਾਨਕ ਨਾਨਕ ਕਹਿਣਾ ਮੈਂ ਨਾਨਕ ਦਾ ਮਰਦਾਨਾ ਹੂੰ ਬਸ ਨਾਨਕ ਸਾਹਿਬ ਦਾ ਸਾਥੀ ਸੰਗੀ ਆ ਜੀ ਉਦਾਂ ਦੀ ਮੈਂ ਗੱਲ ਲਿਖੀ ਸੀ ਹੂੰ ਸੁਣੀ ਨਹੀਂ ਕਹਿੰਦੇ ਨਹੀਂ ਜੀ ਇਹ ਨਹੀਂ ਅਸੀਂ ਸੁਣਨਾ ਇਸ ਲਈ ਮੈਂ ਹੁਣ ਥੋੜਾ ਜਿਹਾ ਸਮੈਕ ਲਈ ਵੀ ਲਿਖ ਲਿਆ ਉਹ ਇੱਕ ਦਿਨ ਇਸ ਇਦਾਂ ਹੀ ਬੈਠੇ ਅਸੀਂ ਹੂੰ ਦੁਗਰੀ ਬੈਠੇ ਸੀ ਲੁਧਿਆਣੇ ਕਈ ਚੀਜ਼ਾਂ ਸੁਣਾਈਆਂ ਜਦੋਂ ਮੈਂ ਉਹ ਚੀਜ਼ ਗਾਈ ਉਹ ਮੁੰਡੇ ਖੁਸ਼ ਹੋ ਗਏ ਕਿਉਂਕਿ ਉਹ ਛੋਟੇ ਸੀਗੇ 22 ਤੋਂ 25 ਕਿ ਸਾਲ ਦੇ ਜੀ ਕਹਿੰਦਾ ਬਾਈ ਜੀ ਆਹ ਤਾਂ ਤੁਸੀਂ ਕੰਮ ਦੀ ਚੀਜ਼ ਲਈ ਚੁੱਪ ਬੈਠੇ ਹੋ ਆਹ ਕੰਮ ਦੀ ਚੀਜ਼ ਆ ਸੁਣਾਇਓ ਕੋ ਸਾਡੇ ਦਰਸ਼ਕਾਂ ਨੂੰ ਫਿਰ ਉਹ ਕਹਿਣਗੇ ਹੁਣੀ ਬਾਬੇ ਨਾਨਕ ਦੀ ਗੱਲ ਕਰਦੇ ਸੋਣੇ ਐ ਕਿਹੀ ਜਾਂਦਾ ਜੇ ਦੇਖੋ ਹੁਣ ਇਹ ਆਪਾਂ ਉਹੀ ਚੀਜ਼ ਸੋਚੀ ਦੇਖਣੇ ਆ ਕਿਹੜੀ ਚੀਜ਼ ਨੂੰ ਸੁਣਦੇ ਨੇ ਸੂਟੇ ਉੱਤੇ ਲਾਗੀ ਨਾਲੇ ਲਾਗੀ ਤੂੰ ਸਮਾਨ ਤੇ ਕੀਤਾ ਜੋ ਭਰੋਸਾ ਤੇਰੇ ਜਿਹੀ ਬਈਮਾਨ ਤੇ ਨਾ ਮੇਰਾ ਜਿੱਥੇ ਉੱਥੇ ਟੈਟੂ ਤੂੰ ਬਣਾ ਲਿਆ ਮੈਨੂੰ ਛੱਡ ਨਾ ਮਾ ਇੱਕ ਹੋਰ ਤੂੰ ਫਸਾ ਲਿਆ ਵਿਕੇ ਨਹੀਂ ਤੂੰ ਐਦਾਂ ਸੌਦਾ ਵਿਕੇ ਜੋ ਦੁਕਾਨ ਤੇ ਸੂਟੇ ਉੱਤੇ ਲਾਗੀ ਨਾਲੇ ਲਾਗੀ ਤੂੰ ਸਮਾਨ ਤੇ ਸੂਟੇ ਉੱਤੇ ਲਾਗੀ ਨਾਲੇ ਲਾਗੀ ਤੂੰ ਸਮਾਨ ਤੇ ਹਾਂ ਇੱਤ ਲੈ ਨਾ ਇਹ ਕੀ ਸੋਚ ਕੇ ਲਿਆ ਕਰਦਾ ਬਸ ਉਹੀ ਅਸੀਂ ਚੰਡੀਗੜ੍ਹ ਬੈਠੇ ਸੀਗੇ ਉਹ ਮੁੰਡੇ ਆਪਸ ਵਿੱਚ ਗੱਲਾਂ ਕਰਦੇ ਸੀਗੇ ਵੀ ਆਹ ਐ ਹੋ ਗਿਆ ਐ ਹੋ ਗਿਆ ਆਵਦੀ ਫਰੈਂਡ ਦੀ ਗੱਲ ਕਰਦਾ ਹੋਊਗਾ ਫਿਰ ਐ ਕਰਕੇ ਉਹ ਤੇਰਾ ਉਹਦਾ ਨਾਮ ਲਿਖਿਆ ਸੀ ਉਹਨੇ ਇਹ ਗੱਲ ਬੋਲੀ ਕਹਿੰਦਾ ਉੱਥੇ ਤੋਂ ਉਹਨੇ ਫੁੱਲ ਜਿਹਾ ਬਣਵਾ ਲਿਆ ਅੱਛਾ ਉਹ ਮੈਂ ਦਿਮਾਗ 'ਚ ਰੱਖੀਆਂ ਗੱਲਾਂ ਜਿਤਨਾ ਮੇਰਾ ਜਿੱਥੇ ਉੱਥੇ ਟੈਟੂ ਤੋਂ ਬਣਾ ਲਿਆ ਕਹਿੰਦਾ ਉੱਥੇ ਤੋਂ ਉਹਨੇ ਫੁੱਲ ਬਣਾ ਲਿਆ ਇਦਾਂ ਠੀਕ ਹੈ ਯੂਥ ਦੀ ਆਵਾਜ਼ ਆ ਹਣੀ ਸਿੰਘ ਨੂੰ ਕਾਫੀ ਨੇ ਬੁਰਾ ਕਿਹਾ ਉਹ ਕਹਿੰਦਾ ਮੇਰੇ ਨਾਲ ਤੁਰ ਕੇ ਦੇਖੋ ਜਿਸ ਨਿਗਾਹ ਨਾਲ ਮੈਂ ਦੇਖਦਾ ਦੁਨੀਆ ਨੂੰ ਜੀ ਹਾਂ ਉਹ ਮੰਗਦੇ ਆ ਇਹ ਚੀਜ਼ ਰੇਸ਼ਮ ਅਨਮੋਲ ਜੀ ਉਹਨਾਂ ਨੇ ਵੀ ਕੁਝ ਗੀਤ ਗਾਇਆ ਸੀ ਗੁਰੂ ਸਾਹਿਬ ਲਈ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਵੀ ਗੱਲ કરી ਸੀ ਕਹਿੰਦਾ ਤੁਹਾਨੂੰ ਇਹ ਗੀਤ ਯਾਦ ਆ ਪਤਾ ਨਹੀਂ ਜਿੰਨੇ ਦੀ ਤੇਰੀ ਉਹਨੇ ਦੀ ਫੀਮ ਖਾਂਦਾ ਮੁੰਡਾ ਹੈਨਾ ਟੜ ਕੇ ਉੱਠ ਕੇ ਤੇਰੀ ਪਤਾ ਨਹੀਂ ਫੀਸ ਭਰਦੇ ਐਵੇਂ ਜਿ ਕੋਈ ਸੀਗਾ ਤੇਰੇ ਕਾਲਜ ਦੀ ਫੀਸ ਨਹੀਂ ਉਹ ਨਹੀਂ ਪਤਾ ਨਹੀਂ ਜਿੰਨੇ ਦੀ ਮੁੰਡਾ ਫੀਮ ਖਾ ਲੈਂਦਾ ਉਹ ਕਹਿੰਦਾ ਤੁਹਾਨੂੰ ਫੀਮ ਵਾਲਾ ਗੀਤ ਯਾਦ ਆ ਮੈਂ ਉਹ ਗਾਇਆ ਸੀ ਯਾਦ ਆ ਉਹਨਾਂ ਨੇ ਦਿਨ న్యూਸ ਵਾਲੀ ਕੁੜੀ ਸੀ ਮੇਰੇ ਖਲ ਉਹਨਾਂ ਦੀ ਇੰਟਰਵਿਊ ਕਰਦੀ ਉਹ ਯਾਦ ਹੈ ਜੀ ਕਹਿੰਦੇ ਤੁਸੀਂ ਸੁਣਿਆ ਮੈਮ ਮੈਂ ਕਹਿੰਦੀ ਸੌਰੀ ਸਰ ਮੈਨੂੰ ਨਹੀਂ ਪਤਾ ਜੀ ਪੰਗਾ ਉਹੀ ਆ ਵੀਰੇ दारू ਦਾ ਜ਼ਿਕਰ ਸਮੈਕ ਦਾ ਜ਼ਿਕਰ ਟੀਕਿਆਂ ਗੋਲੀਆਂ ਗੰਡਾਸਿਆਂ ਦਾ ਜ਼ਿਕਰ ਗੀਤ ਚ ਹੋਣਾ ਚਾਹੀਦਾ ਜੀ ਵਿਕ ਜਾਂਦਾ ਚਲੋ ਆਪਣੇ ਅੱਜ ਆਡੀਅਨ ਜਿਹੜੀ ਵਧੀਆ ਤੁਹਾਡੇ ਤੋਂ ਵਧੀਆ ਸੁਣਨਾ ਚਾਹੁੰਦੀ ਆ ਕੁਛ ਹਮ ਤੇ ਹੀਰ ਬਾਰੇ ਹੀਰ ਤੁਸੀਂ ਲਿਖੀਏ ਹੀਰ ਬਾਰੇ ਹੀਰ ਸੁਣਾ ਦਿੰਨਾ ਮੈਂ ਤੁਹਾਨੂੰ ਜੀ ਮੈਨੂੰ ਭੁੱਲ ਗਈਆਂ ਸਾਰੀਆਂ ਕਿਤਾਬਾਂ ਜਦੋਂ ਦੀ ਤੇਰੀ ਹੀਰ ਪੜ ਲਈ ਹੋ ਮੈਨੂੰ ਹਰ ਵੇਲੇ ਤੇਰੀਆਂ ਹੀ ਯਾਦਾਂ ਮੈਂ ਜਦੋਂ ਤੇਰੀ ਹੀਰ ਪੜ੍ਹ ਲਈ ਮੈਨੂੰ ਭੁੱਲ ਗੀਆਂ ਸਾਰੀਆਂ ਕਿਤਾਬਾਂ ਮੈਂ ਜਦੋਂ ਤੇਰੀ ਹੀਰ ਪੜ੍ਹ ਲਈ ਪਿੱਦਾਂ ਸੀ ਜੀ ਅੱਛਾ ਕਿੰਨੇ ਸਾਲ ਹੋ ਗਏ ਇੰਡਸਟਰੀ ਇੰਡਸਟਰੀ ਚ ਮੈਨੂੰ ਹੋ ਗਏ 14 ਕੇ ਸਾਲ 14 15 ਸਾਲ ਹੋ ਗਏ ਕਿਹੜੀ ਚੀਜ਼ ਨਹੀਂ ਪੈਰ ਲੱਗਣ ਦਿੱਤੇ ਫਿਰੋਣਾ ਪੈਸਾ ਐਸੇ ਨਹੀਂ ਹਾਂ ਪੈਸੇ ਘਟਦੇ ਜੀ ਕਿੱਥੇ ਮੰਗਦੇ ਨੇ ਕਿੱਥੇ ਲੋੜ ਪੈਂਦੀ ਆ ਫਿਰ ਜਾ ਕੇ ਵੀ ਲਿਆ ਯਾਰ ਪੈਸੇ ਅੱਜ ਤੇਰਾ ਇੱਥੇ ਕਮੀ ਆ ਗਈ ਯਾਰ ਪੈਸੇ ਦੀ ਚੰਗਾ ਮਿਊਜ਼ਿਕ ਚੰਗੀ ਵੀਡੀਓ ਚੰਗੇ ਲਾਇਰਿਕਸ ਕਿਸੇ ਤੋਂ ਲੈਣੇ ਹੋਣ ਹਿੱਟ ਰਾਈਟਰ ਤੋਂ ਗੀਤਕਾਰ ਤੋਂ ਕਿਸੇ ਤੋਂ ਇਹ ਤਿੰਨਾਂ ਨੂੰ ਪੈਸੇ ਦੇਣੇ ਪੈਣੇ ਨੇ ਮਹਿੰਗੀਆਂ ਗੱਡੀਆਂ ਖੜਾਉਣੀਆਂ ਨੇ ਆਪਦੀ ਵੀਡੀਓ 'ਚ ਤਾਂ ਵੀ ਪੈਸੇ ਚਾਹੀਦੇ ਨੇ ਚੰਗੀਆਂ ਮਾਡਲਾਂ ਲੈਣੀਆਂ ਨੇ ਚੰਗੀ ਲੋਕੇਸ਼ਨ ਲੈਣੀ ਆ ਤਾਂ ਵੀ ਪੈਸੇ ਹੁਣ ਸਭ ਕੁਝ ਦੇਖਦਾ ਅਗਲਾ ਚੰਗਾ ਕੈਮਰਾ ਅਨ ਪੈਸੇ ਹਰ ਕੋਈ ਰੋਟੀ ਖਾਂਦਾ ਪੈਸੇ ਚਾਹੀਦੇ ਨੇ ਜ਼ਰੂਰੀ ਆ ਹੁਣ ਮੈਂ ਕੰਮ ਭੰਗੜਾ ਗਰੁੱਪ ਚ ਕਰਦਾ 6 ਕੁ ਮਹੀਨੇ ਬਾਦੋਂ ਸਾਲ ਬਾਦੋਂ ਕੋਈ ਨਾ ਕੋਈ ਇੱਕਦਾਂ ਟਰੈਕ ਕਰ ਲਈਦਾ ਜੀ ਕਮਾਉਣਾ ਉਧਰੋਂ ਆ ਖਰਚ ਤਾਂ ਇੱਧਰ ਆ ਇਧਰੋਂ ਕੋਈ ਆਉਟਪੁੱਟ ਕੋਈ ਰਿਸਪੌਂਸ ਨਹੀਂ ਕੁਝ ਵੀ ਨਹੀਂ ਹਮ ਕੁਝ ਵੀ ਨਹੀਂ ਕਿਉਂਕਿ ਰੱਜੇ ਹੋਇਆਂ ਨੂੰ ਰਜਾਉਂਦੇ ਮੈਂ ਜਦੋਂ 15 18 ਸਾਲ ਦਾ ਸੀ ਜਾਂਦੇ ਹੁੰਦੇ ਸੀ ਆਲੇ ਦੁਆਲੇ ਪਿੰਡਾਂ ਚ ਹੋਣੇ ਫੰਕਸ਼ਨ ਮੇਲੇ ਕੁਝ ਹੋਰ ਬੈਠੇ ਰਹਿਣਾ ਹਮ ਔਰ ਉਹੀ ਚੀਜ਼ ਚੱਲਦੀ ਆ ਰਹੀ ਆ ਹੁਣ ਫੇਰ ਉੱਥੇ ਜੀ ਹਾਂ ਇਹੋ ਚੀਜ਼ ਦੇਖਦੇ ਨੂੰ ਉਹੀ ਚ ਰੱਜੇ ਨੂੰ ਰਜਾਉਂਦੇ ਨੇ ਹੂੰ ਰੱਜੇ ਹੋਈ ਨੂੰ ਰਜਾਉਂਦੇ ਨੇ ਆ ਗਲਾਸ 'ਤੇ ਆਪਣੇ ਕੋਲੇ ਇਹਨੂੰ ਪਾਣੀ ਦਾ ਭਰ ਦਿੰਨੇ ਆ ਹੁਣ ਇਹ 'ਚ ਜ਼ਰੂਰਤ ਨਹੀਂ ਹੋਰ ਪਾਉਣ ਦੀ ਪਰ ਅਸੀਂ ਇਹ ਜੇ ਹੋ ਚੁੱਕੇ ਆ ਇਹਨੂੰ ਹੀ ਭਰਾਂਗੇ ਔਰ ਉਹ ਡੁੱਲ ਦਾ ਬੇਸਟ ਹੁੰਦਾ ਹੂੰ ਇੱਕ ਨੀਡ ਪਰਸਨ ਨਾਲੇ ਦੀਂ ਦਾ ਵੀ ਜ਼ਰੂਰਤ ਮੰਨਦਾ ਜੀ ਉਹਨੂੰ ਨਹੀਂ ਹਾਂ ਮਤਲਬ ਲੋਕ ਚੰਗਾ ਸੁਣਨਾ ਨਹੀਂ ਚਾਹੁੰਦੇ ਦੇਖਣਾ ਨਹੀਂ ਚਾਹੁੰਦੇ ਕਹਿ ਸਕਦੇ ਹਾਂ ਕਹਿ ਸਕਦੇ ਹਾਂ ਜਾਂ ਦੇਖੋ ਕਲਾਇੰਟ ਸਾਰਿਆਂ ਦੇ ਆ ਸਰਤਾਜ ਜੀ ਨੂੰ ਸੁਣਦੇ ਆ ਦੁਨੀਆ ਬਾਈ ਜੀ ਨੂੰ ਸੁਣਦੀ ਹੈ ਦੁਨੀਆ ਹਾਂ ਹੈਨਾ ਉਹਨਾਂ ਨੂੰ ਵੀ ਸੁਣਦੇ ਆ ਜੀ ਚੰਗਾ ਸੁਣਦੇ ਆ ਕਈ ਥਾਂਵੇਂ ਇਦਾਂ ਉਲਟੋ ਜਾਂਦਾ ਠੀਕ ਆ ਚੰਗੇ ਸਰੋਤੇ ਨਹੀਂ ਮਿਲਦੇ ਗਵਈਆ ਚੰਗਾ ਹੁੰਦਾ ਕੋਈ ਵੀ ਕਿਤੇ ਆਡੀਅנס ਚੰਗੀ ਆ ਜਾਂਦੀ ਹੈ ਸਿੰਗਰ ਨਹੀਂ ਵਧੀਆ ਹੁੰਦਾ ਜਾਂ ਕੋਈ ਬੋਲਣ ਵਾਲਾ ਨਹੀਂ ਵਧੀਆ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕੰਮ ਇਦਾਂ ਜੀ ਕਸਟ ਮਿਲਦੇ ਆ ਚਾਂਸ ਅਕਸਰ ਤੁਹਾਨੂੰ ਨਾ ਮੈਂ ਗੁਰਦਾਰਾ ਸਾਹਿਬ ਦੇ ਵਿੱਚ ਵੀ ਦੇਖਿਆ ਹੂੰ ਤੁਸੀਂ ਮਾਸੇਦ ਦੇ ਵਿੱਚ ਵੀ ਬੈਠੇ ਹੋ ਮੰਦਿਰ ਦੇ ਵਿੱਚ ਵੀ ਦੇਖਿਆ ਜੀ ਤੇ ਨਾਮ ਰਫੀ ਮੁਹੰਮਦ ਹੈ ਨਾ ਜੀ ਤੇ ਗੋਂਦੇ ਵੀ ਦੇਖਿਆ ਮੈਂ ਤੁਹਾਨੂੰ ਗੁਰਦਾਰਾ ਸਾਹਿਬ ਦੇ ਜੀ ਬਹੁਤ ਗਾਇਆ ਅੱਜ ਵੀ ਹਾਜ਼ਰ ਹੂੰ ਹੂੰ ਜੀ ਸਰ ਕਦੇ ਕੋਈ ਆ ਕੇ ਕਹਿੰਦਾ ਤਾਂ ਨਹੀਂ ਬਈ ਇੱਥੇ ਕੀ ਕਰ ਬਾਹਰ ਚੱਲ ਇੱਥੋਂ ਨਾ ਕਿਸੇ ਨੇ ਨਹੀਂ ਕਿਹਾ ਨਹੀਂ ਅਕਸਰ ਇਹ ਉਸ ਤਰ੍ਹਾਂ ਦੀ ਗੀਚ ਚ ਗੱਲ ਕੀਤੀ ਹੋਈ ਹੈ ਜੀ ਤਾਂ ਟਾਪਿਕ ਇਹ ਰੱਖਿਆ ਕਿੱਥੇ ਬੋਲੋ ਨਹੀਂ ਮਤਲਬ ਇਹ ਏਦਾਂ ਆਪਾਂ ਕੀਤੀ ਸੀ ਇੰਟਰਵਿਊ ਹਨਾ ਉਦੋਂ ਹਾਂਜੀ ਤੁਸੀਂ ਕੋਸ਼ੇ ਦੇ ਵਿੱਚ ਲਿਖਿਆ ਹੋਇਆ ਹੈ ਜੀ ਦੇ ਉੱਪਰ ਅੱਛਾ ਲਿਖਿਆ ਹੋਇਆ ਹਾਂਜੀ ਉਹ ਤਾਂ ਮੇਰੀ ਨਹੀਂ ਗੱਲ ਉਹ ਬਾਬਾ ਨਜ਼ਮੀ ਜੀ ਦੀ ਬਾਤ ਆ ਉਹਨਾਂ ਨੇ ਗੱਲ ਲਿਖਿਆ ਸੀ ਮਸਜਿਦ ਮੇਰੀ ਤੂੰ ਕਿਉਂ ਤੋੜੇ ਮੈਂ ਕਿਉਂ ਤੋੜਾਂ ਕਿਸੇ ਦੇ ਮੰਦਰ ਨੂੰ ਮਸਜਿਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਮੁਦਤਾ ਵਾਂਗ ਕੁਝ ਨਹੀਂ ਜਾਣਾ ਜੀ ਮਸਜਿਦ ਅਤੇ ਮੰਦਰ ਦਾ ਲਹੂ ਤਾਂ ਤੇਰਾ ਮੇਰਾ ਲੱਗਣਾ ਇੱਕ ਦੂਜੇ ਦੇ ਖੰਜਰ ਨੂੰ ਮਸਜਿਦ ਮੇਰੀ ਤੂੰ ਕਿਉਂ ਤੋੜਦਾ ਮੈਂ ਵੀ ਨਾ ਤੋੜਾਂ ਕਿਸੇ ਦੇ ਮੰਦਰ ਨੂੰ ਏਦਾਂ ਉਹਨਾਂ ਨੇ ਮਤਲਬ ਇਹ ਕਿਹਾ ਵੀ ਜਿਵੇਂ ਹੱਲੇ ਪੈ ਜਾਂਦੇ ਨੇ ਹਾਂ ਏਦਾਂ ਨਹੀਂ ਹੋਣਾ ਚਾਹੀਦਾ ਜੀ ਅੱਛਾ ਗਰਦਾਸ ਮਾਨ ਸਾਹਿਬ ਨੂੰ ਮਿਲੇ ਹੋ ਤੁਸੀਂ ਜੀ ਮਨਮੋਹਨ ਵਾਰਿਸ ਕੰਮ ਮਨਮੋਹਨ ਬਾਜੀ ਨਾਲ ਮੁਲਾਕਾਤ ਅੱਛਾ ਗਰਦਾਸ ਮਾਨ ਸਾਹਿਬ ਦੀ ਮੋਿਕਰੀ ਕਰਦੇ ਹੋ ਤੁਸੀਂ ਅਕਸਰ ਸਟੇਜ ਦੇ ਉੱਪਰ ਨਾ ਫਨੀ ਫਿਲਮਾਂ ਵਿੱਚ ਜ਼ਰੂਰ ਕੀ ਹੋਣੀ ਫਨੀ ਫਿਲਮਾਂ ਤੁਸੀਂ ਅਕਸਰ ਜਦੋਂ ਸਟੇਜ ਦੇ ਉੱਤੇ ਤੁਸੀਂ ਗਰਦਾਸ ਮਾਨ ਸਾਹਿਬ ਦੀ ਮੋਿਕਰੀ ਕਰਦੇ ਹੋ ਤੇ ਲੋਕਾਂ ਦੀ ਮੰਗ ਹੁੰਦੀ ਹੈ ਨਾ ਤੇ ਸਾਡੀ ਹੋਣ ਇਸ ਨੂੰ ਵੀ ਇੱਕ ਵਾਰੀ ਜ਼ਰੂਰ ਬਾਈ ਜੀ ਵਰਗਾ ਤਾਂ ਨਹੀਂ ਹੈ ਕੋਈ ਚਿਕਨਾ ਪਰ ਕੋਸ਼ਿਸ਼ ਕਰਾਂਗੇ ਜਰੂਰ ਹਾਂ ਬਾਈ ਜੀ ਚ ਬਹੁਤ ਠਹਿਰਾ ਬਾਈ ਜੀ ਜਿਵੇਂ ਹੁਣ ਗੱਲ ਕਰਦੇ ਹੁੰਦੇ ਆ ਇਹ ਪਿਆਰ ਸਤਕਾਰ ਸਾਰਾ ਤੁਹਾਡੇ ਕਰਕੇ ਹੀ ਆ ਬਾਬਾ ਜੀ ਹਮ ਕੱਲਾ ਬਲਜਿੰਦਰ ਜਦੋਂ ਤੁਰਿਆ ਸੀ ਮੁੱਲਾਪੁਰ ਤੋਂ ਕੀ ਲੈ ਕੇ ਚੱਲਿਆ ਸੀ ਸਾਰਿਆਂ ਦੀ ਮੁਹੱਬਤ ਲੈ ਕੇ ਚੱਲਿਆ ਸੀ ਜਿਹਨੂੰ ਪਿਆਰ ਦੀ ਪਤਾ ਲੱਗੀ ਗੱਲ ਜਿਹਨੂੰ ਪਿਆਰ ਦੀ ਪਰਿਭਾਸ਼ਾ ਪਤਾ ਲੱਗੀ ਉਹ ਪੂਰੀ ਦੁਨੀਆ ਨੂੰ ਜਿੱਤ ਲੈਂਦਾ ਭੋਲਿਆ ਬਾਬਾ ਜੀ ਦੀ ਸਟੇ ਤੇ ਇੱਕ ਕਿਰਦਾਰ ਆ ਭੋਲਾ ਜੀ ਢੋਲਕ ਵਜਾਉਂਦੇ ਨੇ ਉਹਨਾਂ ਨਾਲ ਬਹੁਤ ਪੁਰਾਣੇ ਨੇ ਪੁਰਾਣੇ ਸਾਥੀ ਨੇ ਉਹਨਾਂ ਨਾਲ ਬੜਾ ਹਾਸਾ ਮਖੌਲ ਕਰਦੇ ਰਹਿੰਦੇ ਨੇ ਉਹ ਜ਼ਿਕਰ ਤੇ ਗੱਲ ਕਰਦੇ ਆ ਕਹਿੰਦੇ ਭੋਲਾ ਜੀ ਭੋਲਾ ਐਡਾ ਚੰਗਾ ਪੂਰੀ ਦੁਨੀਆ ਨੂੰ ਖੁਸ਼ ਕਰਦਾ ਬੰਦਾ ਅਮੀਰ ਹੋਊ ਆਪਦੇ ਘਰੇ ਹੋ ਜਿਹੜਾ ਨੇਕ ਹੈ ਨਹੀਂ ਉਹ ਇਨਸਾਨ ਹੈ ਨਹੀਂ ਜਿਹੜਾ ਕੱਢੇ ਨਾ ਦਸਬੰਦ ਗੁਰੂ ਸਾਹਿਬ ਦਾ ਦੋਹੀ ਜਹਾਨੀ ਪ੍ਰਬਾਨ ਹੈ ਨਹੀਂ ਉਪਜਵਾਨ ਦੇ ਉਸ ਬੋਲਾਂ ਚ ਰਸ ਕਦੇ ਨਹੀਂ ਆਉਣਾ ਜਿਹੜੇ ਸ਼ਖਸ਼ ਦੀ ਮਿੱਠੀ ਜ਼ੁਬਾਨ ਹੈ ਨਹੀਂ ਦਾਨ ਪੁੰਨ ਦੁਨੀਆ ਬਹੁਤ ਕਰੇ ਭੋਲਿਆ ਖੁਸ਼ੀ ਦੇਣ ਵਰਗਾ ਕਿਸੇ ਨੂੰ ਕੋਈ দান ਹੈ ਕਿਸੇ ਨੂੰ ਖੁਸ਼ੀ ਦੇਣੀ ਉਹਦੀ ਖੁਸ਼ੀ ਨੂੰ ਵਧਾਉਣਾ ਹੈ ਪਰਫਲਤ ਕਰਨਾ ਹੈ ਜੀ ਕਿਸੇ ਦੀ ਖੁਸ਼ੀ ਜਾ ਕੇ ਵੇਗਨ ਨਾ ਪਾਈਏ ਜੀ ਫਿਰ ਉਹ ਲੋਕ ਖੁਸ਼ੀਆਂ ਨੂੰ ਤਰਸਦੇ ਰਹਿੰਦੇ ਨੇ ਜਿਹੜੇ ਦੂਜਿਆਂ ਦੀ ਖੁਸ਼ੀ ਖਰਾਬ ਕਰਦੇ ਨੇ ਬਿਲਕੁਲ ਹਾਂ ਇਸ ਲਈ ਖੁਸ਼ੀ ਨੂੰ ਵਧਾ ਕੇ ਆਈਏ ਜੀ ਬੰਦੇ ਯਾਦ ਕਰਨ ਵੀ ਯਾਰ ਬੰਦੇ ਆਏ ਸੀ ਹਮ ਫਿਰ ਹੈ ਮਜ਼ਾ ਇਹ ਐਦਾਂ ਬਾਬਾ ਜੀ ਬੋਲਦੇ ਮਾਨ ਸਾਹਿਬ ਨੂੰ ਮਿਲਦੇ ਹੋ ਫਿਰ ਸੁਣਾਈਆ ਕਿਤੇ ਉਹਨਾਂ ਸਾਹਮਣੇ ਬਾਈ ਜੀ ਨਾਲ ਇੰਨਾ ਇੰਨੀ ਨਹੀਂ ਹੋਈ ਮੁਲਾਕਾਤ ਕਿਉਂਕਿ ਮੈਂ ਨਾ ਮੁਹੱਬਤ ਕਰਦਾ ਇੱਕ ਫੈਨ ਹੁੰਦੇ ਨੇ ਹਮ ਜਿਹੜੇ ਗੱਡੀਆਂ ਪਿੱਛੇ ਭਜਦੇ ਨੇ ਜੀ ਫੋਟੋਆਂ ਦਾ ਹੁੰਦਾ ਜਿਨ੍ਹਾਂ ਨੂੰ ਮੈਂ ਫੈਨ ਨਹੀਂ ਹੈਗਾ ਮੈਂ ਪਿਆਰ ਕਰਦਾ ਮੈਂ ਮਰੀਦ ਆ ਜੀ ਮਰੀਦ ਨੂੰ ਜਿੱਥੇ ਕਹਤਾ ਉਹ ਮੰਨਦਾ ਹੁੰਦਾ ਬਿਲਕੁਲ ਹਮ ਜੀ ਭਾਈ ਜੀ ਨਾਲ ਮੁਲਾਕਾਤ ਪਹਿਲੀ ਵਾਰ ਮੇਰੀ ਇਕੱਲੇ ਦੀ ਹੋਈ ਉਹਨਾਂ ਦੇ ਘਰ ਚੰਡੀਗੜ੍ਹ ਹਮ ਕਾਫੀ ਟਾਈਮ ਵੇਟ ਕਰੀ ਘਰ ਦੇ ਬਾਹਰ ਤਾਂ ਜਦੋਂ ਡੋਰ ਓਪਨ ਹੋਇਆ ਉਹ ਆਪ ਹੀ ਰੁਕ ਗਏ ਜੀ ਤੇ ਬਸ ਮੇਰੇ ਕੋਲੇ ਲਫ਼ਜ਼ ਮੁੱਕ ਗਏ ਮੈਂ ਤਾਂ ਇਦਾਂ ਖੜ ਗਿਆ ਜੀ ਗੱਲਾਂ ਕਰੀ ਮੈਂ ਜੀ ਮੈਂ 2 ਮਿੰਟ ਮੈਂ ਕੋਈ ਨਜ਼ਰਾਨਾ ਲੈ ਕੇ ਗਿਆ ਸੀ ਉਹਨਾਂ ਲਈ ਉਹਨਾਂ ਨੂੰ ਦਿੱਤਾ ਉਹਨਾਂ ਨੇ ਬਿਸਮਿਲ੍ਲਾ ਕੀਤਾ ਫਿਰ ਮੈਨੂੰ ਦਿੱਤਾ ਕੁਝ ਮੈਂ ਕਿਹਾ ਨਹੀਂ ਕਹਿੰਦੇ ਚੁੱਪ ਮੈਂ ਤੂੰ ਜੋ ਮੈਨੂੰ ਦਿੱਤਾ ਮੈਂ ਰੱਖ ਲਿਆ ਨਾ ਜੋ ਮੈਂ ਦੇ ਰਿਹਾ ਤੂੰ ਵੀ ਰੱਖ ਲੈ ਜੀ ਉਹਨਾਂ ਨੇ ਮੈਨੂੰ ਦਿੱਤਾ ਮੈਂ ਬਿਸਮਿਲ੍ਲਾ ਕੀਤਾ ਤੇ ਫਿਰ ਮੈਂ ਕਿਹਾ ਜੀ ਮੈਂ ਦੋ ਗੱਲਾਂ ਕਰਨੀਆਂ ਉਹ ਕਹਿੰਦੇ ਪੁੱਤ ਮੇਰਾ ਟਾਈਮ ਲੱਤਦਾ ਹੋਇਆ ਡਾਕਟਰ ਤੂੰ ਤੇ ਮੈਂ ਲੇਟ ਹੋ ਜਾਊਂਗਾ ਬਿਲਕੁਲ ਬਸ ਮੈਨੂੰ ਇੰਨਾ ਹੀ ਬਹੁਤ ਆ ਫਿਰ ਮੈਂ ਫਿਰ ਪਿਆਰ ਕਾਦਾ ਹੋਇਆ ਜੇ ਪਰੇਸ਼ਾਨੀ ਕਰਨ ਲੱਗ ਗਏ ਬਿਲਕੁਲ ਹਾਂ ਫਿਰ ਪਿਆਰ ਕਾਦਾ ਹੋਇਆ ਉਹ ਪਿਆਰ ਨਹੀਂ ਹੋ ਸਕਦਾ ਕਮਲ ਹੀ ਕਮਲ ਹੀ ਨਾ ਉਹ ਤਾਂ ਥੋੜੀ ਵੀਡੀਓ ਵਾਇਰਲ ਹੋਈ ਸੀ ਹਾਂਜੀ ਬਾਰਸ ਭਾਜੀ ਨਾ ਹਾਂਜੀ ਹਾਂਜੀ ਜੀ ਕਮਲ ਭਾਜੀ ਇੱਕ ਵਾਰੀ ਮਰਿੰਡੇ ਮਿਲੇ ਪਤਾ ਨਹੀਂ ਉਹ ਰਾਜਾ ਟੱਬਾ ਦੇ ਨੇੜੇ ਹੈ ਪੈਲਸ ਉੱਥੇ ਮੀ ਆ ਗਿਆ ਸੀ ਮੈਂ ਉਹਦਾ ਗੱਲ ਕਰ ਰੇ ਸੀ ਸੀ ਮੈਂ ਕਿਹਾ ਜੀ ਮੈਂ ਕਹਿੰਦੇ ਵੀ ਮੈਨੂੰ ਮੀ ਪੈਣ ਲੱਗਾ ਦੋ ਕੰਮ ਕਰ ਲੈਣਾ ਤੇ ਕਿਸੇ ਤੋਂ ਪੇਮੈਂਟ ਲੈਤੀ ਹੋਈ ਹੈ ਮੈਂ ਜੀ ਠੀਕ ਆ ਓਕੇ ਹਾਂ ਹਾਂ ਬਾਰਸ ਭਾਜੀ ਨੇ ਤਾਂ ਰਾਮ ਨਾਲ ਮਿਲੇ ਇੱਥੇ ਲੋੜੀ ਬਣਾਉਂਦੇ ਹੁੰਦੇ ਆ ਉਹ ਗਰਾਇਆਂ ਲੱਗ ਗਏ ਜੀ ਉਹਨਾਂ ਨੇ ਜਰੂਰ ਮੇਰੀ ਗੱਲ ਸੁਣੀ ਬੈਠੇ ਰਹੇ ਅਸੀਂ ਕਾਫੀ ਟਾਈਮ ਜੀ ਇੱਕ ਵਾਰੀ ਅੰਦਾਜ਼ ਉਹਨਾਂ ਦਾ ਵੀ ਕਮਲ ਭਾਜੀ ਦਾ ਹਾਂ ਕਮਲ ਭਾਜੀ ਜਿਵੇਂ ਗੱਲ ਕਰਦੇ ਆ ਅੱਜ ਦਾ ਜਿਹੜਾ ਪੰਜਾਬੀ ਵਿਰਸਾ ਲਾਈਵ ਆ ਉਹ ਸਾਡੇ ਇਕੱਲਿਆਂ ਦਾ ਨਹੀਂ ਉਹ ਤੁਹਾਡੇ ਨਾਲ ਆ ਰਾਤੀ ਉਹਦੀ ਫੋਟੋ ਜਿੰਦੇ ਨਹੀਂ ਜਿੰਦੇ ਅਸੀਂ ਜਦੋਂ ਵੀ ਲੁਧਿਆਣੇ ਆਉਂਦੇ ਸੀ ਜੀ ਉਸਤਾਦ ਭਵਰਾ ਸਾਹਿਬ ਨੂੰ ਮਿਲਣ ਆਉਣਾ ਮਨਮੋਣ ਭਾਜੀ ਹੁੰਨਾਂ ਨੇ ਤੇ ਜਦੋਂ ਜਲੰਧਰ ਤੋਂ ਦਿੱਲੀ 에어ਪੋਰਟ ਵੱਲ ਨੂੰ ਜਾਣਾ ਤਾਂ ਅਸੀਂ ਘੰਟੇ ਦਾ ਟਾਈਮ ਪਹਿਲਾਂ ਹੀ ਰੱਖ ਕੇ ਆਉਂਦੇ ਸੀ ਕਿਉਂਕਿ ਰਾਹ ਦੇ ਵਿੱਚ ਦੋ ਅੱਖਰਾਂ ਦਾ ਇੱਕ ਸ਼ਹਿਰ ਆ ਹੈਗਾ ਦੋ ਅੱਖਰਾਂ ਦਾ ਪਰ ਬਹੁਤ ਵੱਡੇ ਸਿਕੰਦਰ ਦਾ ਸ਼ਹਿਰ ਇਹੋ ਸਰਦੂਲ ਸਿਕੰਦਰ ਜੀ ਉਹਨਾਂ ਨੂੰ ਵੀ ਮਿਲਣਾ ਦਵਿੰਦਰ ਖੰਨੇ ਵਾਲੇ ਨੂੰ ਵੀ ਮਿਲ ਕੇ ਆਉਣਾ ਇਹ ਗੱਲਾਂ ਵੱਡੇ ਭਾਜੀ ਉਹਨਾਂ ਦੀਆਂ ਦਸੀਆਂ ਹੋਈਆਂ ਨੇ ਅਸੀਂ ਉਹਨਾਂ ਤੇ ਹੀ ਚੱਲ ਰਹੇ ਹਾਂ ਬਸ ਫਰਦੂਲ ਸਾਹਿਬ ਵਰਗਾ ਕੋਈ ਨਹੀਂ ਹੋ ਸਕਦਾ ਦਵਿੰਦਰ ਵਰਗਾ ਲਿਖਣਾ ਦੇਵੀ ਭਾਜੀ ਵਰਗਾ ਲਿਖਣਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਵਰਗਾ ਲਿਖਣਾ ਇਹ ਕਿਸੇ ਦੇ ਹਿੱਸੇ ਨਹੀਂ ਆਇਆ ਇੱਕ ਵਾਰ ਫੇਰ ਧੰਨਵਾਦ ਆ ਸਾਡੇ ਤਿੰਨਾਂ ਵੀਰਾਂ ਵੱਲੋਂ ਸਾਰੇ ਹੀ ਸੱਜਣਾ ਨੂੰ ਇਦਾਂ ਕਰ ਦਿੰਦੇ ਆ ਬਸ ਜੀ ਇਹਨੂੰ ਤੁਸੀਂ ਜਾਣਦੇ ਹੋ ਜਾਂ ਸਰੋਤੇ ਵੱਡੇ ਨੇ ਜਾਣਦੇ ਨੇ ਵੀ ਸਹੀ ਆ ਜਗ੍ਹਾ ਤੇ ਸਟੇਜ ਤੇ ਜਦੋਂ ਇਹ ਮਿਕਰੀ ਕਰਦੇ ਆ ਉਹ ਫਿਰ ਜੀ ਕਿੰਨਾ ਕੋ ਪਿਆਰ ਮਿਲਦਾ ਲੋਕਾਂ ਨੂੰ ਬੇਹੱਦ ਬੰਦੇ ਗੌਰ ਕਰਦੇ ਨੇ ਵੀ ਕੌਣ ਮੈਂ ਸਟੇਜ ਦੀ ਬੈਕ ਸਾਈਡ ਖੜਾ ਹੁੰਨਾ ਤੇ ਸਕਰੀਨ ਲੱਗੀ ਹੁੰਦੀ ਆ ਉਹਦੇ ਤੇ ਕਈ ਵਾਰ ਮੈਂ ਕਮਲ ਹੀਰ ਜੀ ਦੀ ਵੀਡੀਓ ਪਲੇ ਕਰਾ ਦੇਣਾ ਪਿੱਛੇ ਖੜ ਕੇ ਬੋਲਦਾ ਹੁੰਦਾ ਤਾਂ ਬੰਦੇ ਗੌਰ ਕਰ ਦਿੰਦੇ ਵੀ ਯਾਰ ਇਹ ਕੌਣ ਨੌਲੇ ਰੇ ਵੀ ਸ਼ਾਇਦ ਹਨਾ ਕਮਲ ਹੀਰ ਨੇ ਬੋਲੀ ਹੋਊਗੀ ਗੱਲ ਬਿਲਕੁਲ ਬਸ ਪਿਆਰ ਕਰਦੇ ਨੇ ਬੇहद ਮੁਹੱਬਤ ਅੱਛਾ ਮੂਸੇ ਵਾਲੇ ਤੇ ਵੀ ਲਿਖਿਆ ਸੀ ਤੁਸੀਂ ਸ਼ਾਇਦ ਸਿੱਧੂ ਲਈ ਵੀ ਲਿਖਿਆ ਸੀ ਹਾਂ ਜੀ ਮੈਂ ਬੱਬੂ ਮਾਨ ਲਈ ਵੀ ਲਿਖਿਆ ਹੁਣ ਹਮ ਬੱਬੂ ਲਈ ਵੀ ਲਿਖਿਆ ਸਾਡੇ ਡੇਲੋਂ ਕੰਮ ਕਰਕੇ ਗਏ ਸੀ ਇੱਕ ਸ਼ੋਅ ਸੀਗਾ ਬੱਬੂ ਮਾਨ ਜੀ ਦਾ ਉਦੋਂ ਪਹਿਲਾਂ ਹਰਫ ਚੀਮੇ ਵੀਰੇ ਦਾ ਸਟੇਜ ਸੀ ਨਾਲੀ ਬੱਬੂ ਮਾਨ ਜੀ ਮੈਂ ਉਹਨਾਂ ਨੂੰ ਖੜ ਕੇ ਉਹਦਾ ਪਹਿਲੀ ਵਾਰ ਸ਼ੋਅ ਦੇਖਿਆ ਬੱਬੂ ਮਾਨ ਜੀ ਦਾ ਤੇ ਬਹੁਤ ਕੁਝ ਦੇਖਿਆ ਮੈਂ ਉਹਨਾਂ ਲਈ ਵੀ ਲਿਖੀ ਐ ਲੈਣਾ ਮੈਂ ਮੂਸੇ ਵਾਲੇ ਲਈ ਵੀ ਲਿਖੀਆਂ ਸੀ ਉਹਨਾਂ ਦੇ ਪਿੰਡ ਬਰਸੀ ਤੇ ਗਏ ਸੀ ਜੀ ਹਾਂਜੀ ਅੱਛਾ ਕੋਈ ਹੋਰ ਜਿਹੜਾ ਤੁਸੀਂ ਸ਼ੇਅਰ ਜਾਂ ਕੋਈ ਆਪਣੀ ਲਿਖਤ ਜਿਹੜੀ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੋ ਕੁਝ ਨਹੀਂ ਹੋ ਕੇ ਬਸ ਪਿਆਰ ਮੈਂ ਤਾਂ ਇਹ ਕਹੂੰਗਾ ਵੀ ਇੱਕ ਜ਼ਰੂਰੀ ਚੀਜ਼ ਹੈ ਨਾ ਉਹ ਇਹ ਆ ਵੀ ਇੱਕ ਦਿਨ ਦੇਖੇ ਨੇ ਮੈਂ ਰੁੱਖ ਬੋਲਦੇ ਜੀ ਰੁੱਖ ਬੋਲਦੇ ਆ ਬਟਾਲਵੀ ਸਾਹਿਬ ਨੇ ਲਿਖਿਆ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੱਖੋ ਮੈਨੂੰ ਬਾਪੂ ਵਾਂਗ ਕੁਝ ਮਾਂ ਵਾਂਗ ਏਦਾਂ ਇੱਕ ਦਿਨ ਦੇਖੇ ਨੇ ਮੈਂ ਰੁੱਖ ਬੋਲਦੇ ਦਿਲ ਵਾਲਾ ਦੁੱਖ ਆਪਣੇ ਦਿਲ ਵਾਲਾ ਦੁੱਖ ਆਪਣਾ ਮੇਰੇ ਨਾਲ ਖੋਲਦੇ ਜੀ ਇੱਕ ਦਿਨ ਦੇਖੇ ਨੇ ਮੈਂ ਜੀ ਰੁੱਖ ਬੋਲਦੇ ਦਿਲ ਵਾਲਾ ਦੁੱਖ ਆਪਣਾ ਮੇਰੇ ਨਾਲ ਖੋਲਦੇ ਆਪਣੇ ਹੱਕਾਂ ਲਈ ਜੀ ਤੁਸੀਂ ਖੂਨ ਡੋਲਦੇ ਫਿਰ ਸਾਡੀ ਵਾਰੀ ਆ ਕੇ ਕਿਉਂ ਨਹੀਂ ਅੱਖਾਂ ਖੋਲਦੇ ਸੜਕਾਂ ਚੌੜੀਆਂ ਕਰ ਲੀਆਂ ਚਲੋ ਚੰਗੀ ਗੱਲ ਜੀ ਜੜ ਤੋਂ ਪਟਕੇ ਸਿੱਟਤਾ ਸਾਡਾ ਇਹੋ ਸੀ ਗੱਲ ਹਮ ਸੜਕਾਂ ਚੌੜੀਆਂ ਕਰ ਲੀਆਂ ਚਲੋ ਚੰਗੀ ਗੱਲ ਜੜ ਤੋਂ ਪਟਕੇ ਸਿੱਟਤਾ ਸਾਡਾ ਇਹੋ ਸੀ ਹੱਲ ਰੁੱਖਾਂ ਨਾਲ ਹੈ ਸਾਹਾਂ ਦੀ ਤਾਣੀ ਰੁੱਖਾਂ ਨਾਲ ਹੈ ਭਾਈ ਸਾਹਾਂ ਦੀ ਤਾਣੀ ਅੱਗ ਨਾ ਲਾਵੋ ਰੁੱਖਾਂ ਨੂੰ ਇਹਨਾਂ ਨੂੰ ਲਾਵੋ ਪਾਣੀ ਅੱਗ ਨਾ ਲਾਇਆ ਕਰੋ ਇਹਨਾਂ ਨੂੰ ਲਾਵੋ ਪਾਣੀ ਜੀ ਅੱਛਾ ਰੁੱਖ ਲਾਉਣੇ ਜ਼ਰੂਰੀ ਹੈ ਜਿਵੇਂ ਹੁਣ ਸਟੇਜ ਤੇ ਤੁਸੀਂ ਐਂਡਿੰਗ ਕਰਦੇ ਹੋਣੇ ਯੈਸ ਸਾਡੇ ਪ੍ਰੋਗਰਾਮ ਦੀ ਵੀ ਐਂਡਿੰਗ ਕਰੋ ਤੁਸੀਂ ਉੱਚਾ ਨੀਮਾ ਬੋਲ ਜੇ ਹੋਵੇ ਕਿਸੇ ਨੂੰ ਬੋਲਿਆ ਜੀ ਕਰਨੀ ਖੁਦਾ ਦੇ ਵਾਸਤੇ ਖੇਚਲ ਭੁਲਾਣ ਦੀ ਉੱਚਾ ਨੀਮਾ ਬੋਲ ਜੇ ਹੋਵੇ ਕਿਸੇ ਨੂੰ ਬੋਲਿਆ ਕਰਨੀ ਖੁਦਾ ਦੇ ਵਾਸਤੇ ਖੇਚੜ ਭੁਲਾਣ ਦੀ ਕੁਰਬਤਾ ਮਸਜਿਦਾਂ ਖਾਨ ਗਾਂ ਸਭ ਕਹਿੰਦੀਆਂ ਆਉਣੀ ਜਾਣੀ ਖੇਡ ਹੈ ਸਾਰੇ ਜਹਾਨ ਦੀ ਜਿਨ੍ਹਾਂ ਨੂੰ ਮੇਰੇ ਨਾਮ ਤੋਂ ਨਫ਼ਰਤ ਹੈ ਦੋਸਤੋ ਮਿੱਟੀ ਪਲੀਤ ਕਰ ਦਿਓ ਉਸ ਬੇਈਮਾਨ ਦੀ ਸਾਥੀ ਹੋਣਾ ਕੀ ਘੜੀ ਅਲਵਿਦਾ ਹੋ ਜਾਣ ਦੀ ਸਾਥੀ ਹੋਣਾ ਕੀ ਘੜੀ ਅਲਵਿਦਾ ਜੀ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਮੈਨੂੰ ਬਹੁਤ ਮਿਹਨਤ ਕਰਦੇ ਆ ਦਰਸ਼ਕਾਂ ਨੂੰ ਵੀ ਵਧੀਆ ਲੱਗਿਆ ਹੋਗਾ ਜੀ ਸੋ ਇੰਦੀ ਪਿਆਰ ਦੇਣ ਦੇ ਬਾਈ ਦੇ ਅੱਛੇ ਗਾਣੇ ਆ ਰਹੇ ਨੇ ਕੋਈ ਜੀ ਬੇਸ਼ੱਕ ਜੀ ਕਿਦਾਂ ਹੋਊਗਾ ਕਿਦੋਂ ਆ ਰਹੇ ਜਲਦੀ ਸਰਪ੍ਰਾਈਜ਼ 6 ਮਹੀਨੇ ਦੇ ਨੇੜੇ ਕਿਦਾਂ ਦਾ ਗਾਣਾ ਆਊਗਾ ਉਹ ਹੋਰ ਢੋਲ ਬੀਟ ਹੋਊ ਕੁਝ ਹੋ ਸਕਦਾ ਜਿਹੜਾ ਬੱਬੂ ਭਾਈ ਜੀ ਨੇ ਲਿਖਿਆ ਹੋਰ ਰਿਕਾਰਡ ਕਰੀਏ ਹੁਣ ਭਾਈ ਜੀ ਗਏ ਹੋਏ ਨੇ ਮੇਰੇ ਖਾਲਸਾ ਆਸਟ੍ਰੇਲੀਆ ਜੀ ਉਹ ਮੋੜਨਗੇ ਫਿਰ ਬੈਠ ਕੇ ਇਹ ਟਾਈਮ ਸਾਨੂੰ ਦਿੱਤਾ ਕਰਾਂ ਜੀ ਸੋ ਉਮੀਦ ਕਰਦਾ ਤੁਸੀਂ ਚੰਗਾ ਲੈ ਕੇ ਆਓ ਦਰਸ਼ਕਾਂ ਦੇ ਲਈ ਜੀ ਤੇ ਚੰਗਾਈ ਸੁਣਨ ਦਾ ਦਰਸ਼ਕ ਜੀ ਸੋ ਅਸੀਂ ਵੀ ਜੇਕਰ ਚੰਗਾ ਲੈ ਕੇ ਆਉਂਗੇ ਤਾਂ ਅਸੀਂ ਯਾਰ ਜੋ ਵੀ ਮਾੜਾ ਚੱਲਦਾ ਸੀ ਵੀ ਨਹੀਂ ਦਿਖਾਵਾਂਗੇ ਹਨਾ ਕੋਈ ਵੀ ਨਾ ਬਣਾਊਗਾ ਉਦਾਂ ਦਾ ਕੁਝ ਤੇ ਚੰਗਾਈ ਸੁਣਨ ਵਾਲੇ ਸਰੋਤੇ ਹੋਣਗੇ ਸੋ ਉਮੀਦ ਕਰਦੇ ਆ ਪੋਡਕਾਸਟ ਵਧੀਆ ਲੱਗਿਆ ਹੋ ਧੰਨਵਾਦ ਬਾਈ ਗੱਲਬਾਤ ਕਰਨ ਦੇ ਲਈ ਕਰੀਆ ਜੀ ਤੁਹਾਡੀ ਸਾਰੀ ਟੀਮ ਦਾ ਸੋ ਮਿਲਦੇ ਆ ਕਿਸੇ ਹੋਰ ਪੋਡਕਾਸਟ ਦੇ ਵਿੱਚ ਐਦਾਂ ਦੀ ਮਹਿਮਾਨ ਦੇ ਨਾਲ ਤੇ ਨਵੇਂ ਕੋਈ ਮੁੱਦੇ ਦੇ ਨਾਲ ਜੇਕਰ ਤੁਹਾਡੇ ਵੀ ਕੋਈ ਕੁਐਸਚਨ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਅਸੀਂ ਅਗਲੇ ਪੋਡਕਾਸਟ ਦੇ ਵਿੱਚ ਅਗਲੇ ਮਹਿਮਾਨ ਦੇ ਨਾਲ ਉਹ ਤੁਹਾਡੇ ਜਿਹੜੇ ਕਵੈਸਚਨ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਆਂ ਅਗਲੇ ਪੌਡਕਾਸਟ ਦੇ ਵਿੱਚ ਧੰਨਵਾਦ